ਕੋਈ ਐਸੀ ਆਈਟਮ ਨਹੀਂ ਜਿਹੜੀ ਪੰਜਾਬ ਦੀ ਧਰਤੀ ਚੋਂ ਬੀਜ ਕੇ ਤੇ ਆਪਦੀ ਰਸੋਈ ਦੇ ਵਿੱਚ ਨਾ ਵਰਤੀ ਜਾ ਸਕੇ ਹਲਦੀ ਬਹੁਤ ਜਿਆਦਾ ਦੂਰ ਦੂਰ ਤੱਕ ਤਸਵੀਰਾਂ ਦੇਖੋ ਇਹ ਹਲਦੀ ਲੱਗੀ ਹੋਈ ਹੈ ਜਿਵੇਂ ਮੈਂ ਕਿਹਾ ਮੈਂ ਕਹਾਂ ਵੀ ਛੋਨੇ ਦੀ ਟਰਾਲੀ ਭਰੋ ਮੰਡੀ ਸਿੱਟੋ ਨਾ ਕੋਈ ਮਾੜਾ ਮਥਾ ਘਪਾਈ ਕਰਨ ਦੀ ਲੋੜ ਤੇ ਤੁਸੀਂ ਤਾਂ ਮਥੇ ਘਪਾਈ ਦੇ ਵਿੱਚ ਹੀ ਪੈ ਨਿਕਲੇ ਤੁਸੀਂ ਆ ਦੇਖੋ ਤੁਹਾਡੇ ਪੈਕੇਟ ਦੇ ਉੱਪਰ ਵੀ ਲਿਖਿਆ ਕਹਿੰਦੇ 100% ਨੈਚੁਰਲ ਤੇ ਪਿਓਰ ਇਹ ਸ਼ਬਦ ਸੁਣਨ ਵਾਸਤੇ ਲੋਕ ਤਰਸਦੇ ਆ ਹਲਦੀ ਤੇ ਜਿਹੜੀ ਹੈਲਦੀ ਆ ਆਪਣੀ ਸਿਹਤ ਪੈਰ ਦੇ ਗੋਖੇ ਤੋਂ ਲੈ ਕੇ ਸਿਰ ਤੱਕ ਇਲਾਜ ਕਰਦੀ ਆ ਅਸੀਂ ਤੇ ਰਿਪਨ ਮੇਲਿਆਂ ਦੇ ਵਿੱਚ ਹਲਦੀ ਫਰੀ ਵੰਡ ਦਿੰਦੇ ਆ ਅਸੀਂ ਕਹਿੰਦੇ ਵੀ ਤੂੰ ਹਲਦੀ ਲੈ ਜਾ ਸਾਡਾ ਉੱਤੇ ਐਡਰੈਸ ਆ ਤੇ ਜੇ ਤੁਹਾਨੂੰ ਚੰਗੀ ਲੱਗੀ ਤਾਂ ਸਾਡੇ ਅਕਾਊਂਟ 'ਚ ਪੈਸੇ ਪਾ ਦਿਓ ਤੁਸੀਂ ਇਹਦੇ ਤੋਂ ਲਿਖਿਆ ਨੈਚੁਰਲ ਤੇ ਪਿਓਰ ਕੀ ਗਾਰੰਟੀ ਆ ਤਾਨੂੰ ਹਲਦੀ ਨੂੰ ਯਾਰ ਉੱਥੇ ਹੁੰਦੀ ਜਿੱਥੇ ਕੁਝ ਨਹੀਂ ਹੁੰਦਾ ਜਿੱਥੇ ਕੋਈ ਫਸਲ ਨਹੀਂ ਹੁੰਦੀ ਉੱਥੇ ਹਲਦੀ ਹੋ ਜਾਂਦੀ ਕਿਸਾਨ ਕੀ ਹੈ ਵੇਚਦਾ ਟਰਾਲੀਆਂ ਦਾ ਲਿਓ ਦਾ ਲਫਾਫਾ 167 ਬੰਦਿਆਂ ਨੂੰ ਹੀ ਲਾਸਟイヤー ਹਲਦੀ ਵੀ ਜਾਂਦੀ ਤਿੰਨ ਬਿਮਾਰੀਆਂ ਹੋਰ ਨਹੀਂ ਲੱਗਦੀ ਹਲਦੀ ਹਲਦੀ ਕਰੀ ਪੜ ਜਿਕੇ ਨਹੀਂ ਇਹ ਤਾਂ ਬਿਮਾਰੀਆਂ ਰੋਕਦੀ ਹੈ ਕਹਿੰਦੇ ਵੀ ਹਲਦੀ ਦੇ ਵਿੱਚ ਮਿਕਸ ਕੀ ਹੁੰਦਾ ਹੈ ਇਹਦੇ ਵਿੱਚ ਪਤਾ ਕਿਵੇਂ ਲੱਗੇ ਕਿ ਆਪਾਂ ਨੂੰ 2-3 ਸਾਲ ਹੀ ਕੰਮ ਕਰਨਾ ਹੈ ਭਾਜੀ ਉਦੋਂ ਮੁੜ ਕੇ ਤਾਂ ਮੈਨੇਜਮੈਂਟ ਹੀ ਹੈ ਨਗਰਾਨੀ ਦਾ ਹੀ ਹੈ ਸਾਰਾ ਕੰਮ ਲੋਜੀ ਜਦੋਂ ਹਲਦੀ ਦਾ ਨਾਮ ਚੇਤੇ ਆਉਂਦਾ ਤਾਂ ਬਹੁਤਿਆਂ ਨੂੰ ਤਾਂ ਇਹੀ ਪਤਾ ਹੈ ਵੀ ਹਲਦੀ ਕਹਿੰਦੇ ਕਲੀ ਸਬਜੀ ਦੇ ਵਿੱਚ ਪੈਂਦੀ ਆ ਪਰ ਨਹੀਂ ਹਲਦੀ ਇੱਕ ਐਸਾ ਐਂਟੀਬਾਇਓਟਿਕ ਹੈ ਜਿਹੜਾ ਤੁਹਾਡੇ ਵੱਡੇ ਵੱਡੇ ਜਿਹੜੇ ਰੋਗ ਹੈ ਉਹ ਦੂਰ ਕਰ ਦਿੰਦਾ ਤੇ ਅਕਸਰ ਬਹੁਤ ਸਾਰੀਆਂ ਕਹਿੰਦੇ ਮੈਡੀਸਨ ਦੇ ਵਿੱਚ ਹਲਦੀ ਦੀ ਵਰਤੋਂ ਕੀਤੀ ਜਾਂਦੀ ਆ ਤਾਂ ਪੁਰਾਣੇ ਸਮਿਆਂ ਦੇ ਵਿੱਚ ਹੁੰਦਾ ਵੀ ਸੀ ਕਹਿੰਦੇ ਜੇ ਕਿਸੇ ਕੋਈ ਜੋੜ ਦਰਦ ਕਰਦੇ ਆ ਜਾਂ ਕੋਈ ਛੱਟ ਫੇਟ ਲੱਗ ਗਈ ਜਾਂ ਪੇਟ ਦੇ ਅੰਦਰ ਕੋਈ ਪ੍ਰੋਬਲਮ ਹੈ ਤਾਂ ਹਲਦੀ ਦਾ ਚਮਚਾ ਦੁੱਧ ਦੇ ਵਿੱਚ ਪਾਓ ਤੇ ਪੀਓ ਤੇ ਕਹਿੰਦੇ ਅੱਧੇ ਤੋਂ ਜ਼ਿਆਦਾ ਬਿਮਾਰੀਆਂ ਇਹ ਹਲਦੀ ਦੂਰ ਕਰ ਦਿੰਦੀ ਸੀ ਉਹ ਦੂਰ ਤਾਂ ਕਰਦੀ ਸੀ ਕੋਈ ਵੇਲਾ ਸੀ ਪਿੰਡਾਂ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਹਲਦੀ ਬੀਜ ਲਈ ਜਾਂਦੀ ਸੀ ਤਾਂ ਦੂਸਰੇ ਪਾਸੇ ਜ Punjab ਦੀ ਧਰਤੀ ਦੀ ਗੱਲ ਕਰਦੇ ਆ ਤਾਂ Punjab ਦੀ ਜਿਹੜੀ ਧਰਤੀ ਹੈ ਨਾ ਉਹ ਐਸੀ ਧਰਤੀ ਹੈ ਕਹਿੰਦੇ ਨੂਨ ਨੂੰ ਛੱਡ ਕੇ ਬਾਕੀ ਕੋਈ ਐਸੀ ਆਈਟਮ ਨਹੀਂ ਜਿਹੜੀ Punjab ਦੀ ਧਰਤੀ ਚੋਂ ਬੀਜ ਕੇ ਤੇ ਆਪਦੀ ਰਸੋਈ ਦੇ ਵਿੱਚ ਨਾ ਵਰਤੀ ਜਾ ਸਕੇ ਕਿਉਂਕਿ ਨਮਕ ਇੱਕ ਐਸੀ ਚੀਜ਼ ਹੈ ਕੱਲਾ ਉਹੀ ਨਹੀਂ ਧਰਤੀ ਦੇ ਵਿੱਚੋਂ ਪੈਦਾ ਹੁੰਦਾ ਬਾਕੀ ਹਰ ਚੀਜ਼ ਹੈ ਜਿਹੜੀ ਉਹ ਧਰਤੀ ਦੇ ਵਿੱਚੋਂ ਪੈਦਾ ਕਰਕੇ ਆਪਣੇ ਘਰਾਂ ਦੇ ਵਿੱਚ ਰਸੋਈਆਂ ਦਾ ਕਰਤੀ ਜਾ ਸਕਦੀ ਆ ਤਾਂ ਅੱਜ ਇੱਕ ਪਿਓ ਪੁੱਤ ਦੀ ਜੋੜੀ ਦਿਖਾਉਣੇ ਆ ਵੱਖਰਾ ਉਪਰਾਲਾ ਕੀਤਾ ਕਹਿੰਦੇ 100% ਪਿਓਰ 100% ਪਿਓਰ ਦਾ ਮਤਲਬ ਇਹ ਆ ਵੀ ਕਹਿੰਦੇ 1% ਵੀ ਉਹਦੇ ਵਿੱਚ ਕੁਝ ਨਹੀਂ ਪਾਉਣਾ ਆਪਦੇ ਲੋਕਾਂ ਦੇ ਨਾਲ ਆਪਦੇ ਨੇੜੇ ਦੇ ਨਾਲ ਜਿਹੜੀ ਸਿਹਤ ਹੈ ਉਹਨਾਂ ਨੂੰ ਚੰਗਾ ਸਿਹਤ ਦੇਣ ਦੀ ਜਿਹੜੀ ਕੋਸ਼ਿਸ਼ ਔਰ ਲਗਨ ਕੀਤੀ ਜਾ ਰਹੀ ਹੈ ਜੇਕਰ ਰਸੋਈ ਦੀ ਗੱਲ ਕਰਦੇ ਆ ਤਾਂ ਕਹਿੰਦੇ ਰਸੋਈ ਦੇ ਵਿੱਚ ਹਰ ਚੀਜ਼ ਹਰ ਬੰਦਾ ਕਹਿੰਦਾ ਚੰਗੀ ਹੋਵੇ ਪਿਓਰ ਹੋਵੇ ਵਧੀਆ ਹੋਵੇ ਪਰ ਆਵੇ ਕਿੱਥੋਂ ਸਵਾਲ ਇਹ ਆ ਪਰ ਇਹ ਸਵਾਲ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਿਓ ਪੁੱਤ ਦੀ ਜੋੜੀ ਆ ਤੁਹਾਨੂੰ ਇੱਕ ਵਾਰ ਤਸਵੀਰ ਦਿਖਾ ਦਈਏ ਇਹਨਾਂ ਦੇ ਖੇਤ ਦੇ ਵਿੱਚ ਹੀ ਖੜੇ ਆ ਹਲਦੀ ਬਹੁਤ ਜ਼ਿਆਦਾ ਦੂਰ ਦੂਰ ਤੱਕ ਤਸਵੀਰਾਂ ਦੇਖੋ ਇਹ ਹਲਦੀ ਲੱਗੀ ਹੋਈ ਹੈ ਤੇ ਹਲਦੀ ਐਨੀ ਲਾ ਕੇ ਤੇ ਫਿਰ ਉਹਨੂੰ ਵੇਚਣਾ ਪ੍ਰੋਸੈਸਿੰਗ ਕਰਨਾ ਹੈ ਤਾਂ ਬਹੁਤ ਔਖਾ ਕਿਉਂਕਿ ਅਕਸਰ ਬੰਦਾ ਕਹਿੰਦਾ ਝੋਨੇ ਦੀ ਟਰਾਲੀ ਭਰੀ ਤੇ ਮੰਡੀ 'ਚ ਸਿੱਟੀ ਤੇ ਅਗਲੇ ਦਿਨ ਬੋਲੀ ਹੋਈ ਤੇ ਪੈਸੇ ਜੇਬ 'ਚ ਪਾਏ ਤੇ ਘਰੇ ਨਾ ਕਹਿੰਦੇ ਉਹਨੂੰ ਬਾਹਲਾ ਮੱਥਾ ਮਾਰਨ ਦੀ ਲੋੜ ਨਾ ਕੁਝ ਇੱਥੇ ਕਹਿੰਦੇ ਫਿਰ ਕਈ ਕਈ ਦਿਨ ਮਿਹਨਤ ਕਰਨੀ ਪੈਂਦੀ ਆ ਪੀਸਣਾ ਪੈਂਦਾ ਉਸ ਨੂੰ ਫਿਰ ਸੁਕਾਉਣਾ ਪੈਂਦਾ ਧੋਣਾ ਪੈਂਦਾ ਬਹੁਤ ਕੁਝ ਕਰਨਾ ਪੈਂਦਾ ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਇਹਨਾਂ ਕਰਨੀਆਂ ਸਰਦਾਰ ਸਾਹਿਬ ਨਾਲ ਤਾਂ ਦਾ ਸਵਾਗਤ ਤੁਹਾਡਾ ਪਰਮੇਸ਼ਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਹੋਰ ਸੇ ਤਾਂ ਠੀਕ ਨੇ ਵਧੀਆ ਜੀ ਵਧੀਆ ਜਿਵੇਂ ਮੈਂ ਕਿਹਾ ਮੈਂ ਕਿਹਾ ਵੀ ਝੋਨੇ ਦੀ ਟਰਾਲੀ ਭਰੋ ਮੰਡੀ ਸੱਟੋ ਨਾ ਕੋਈ ਮਾਲਾ ਮਥੇਕਪਾਈ ਕਰਨ ਦੀ ਲੋੜ ਤੇ ਤੁਸੀਂ ਤਾਂ ਮਥੇਕਪਾਈ ਦੇ ਵਿੱਚ ਹੀ ਪੈ ਨਿਕਲੇ ਵੀ ਭਾਈ ਪਹਿਲਾਂ ਸੁਕਾਓ ਪੀਸੋ ਤੋੜੋ ਸਾਫ਼ ਕਰੋ ਇਹ ਇਸ ਤਰ੍ਹਾਂ ਜੀ ਜਿਹਨੂੰ ਕੰਮ ਮਿਲ ਗਿਆ ਉਹਨੂੰ ਰੱਬ ਮਿਲ ਗਿਆ ਇੱਥੇ ਬੱਚੇ ਬਾਹਰ ਭੇਜਦੇ ਲੋਕ 25-25 ਲੱਖ ਰੁਪਏ ਲਾਉਂਦੇ ਆ ਤੇ ਰੋਜ਼ ਉਹਦੀ ਮੰਮੀ ਡੈਡੀ ਪੁੱਛਦੇ ਪੁੱਤ ਕੰਮ ਮਿਲ ਗਿਆ ਜਿੱਦਿ ਉਹ ਕਰੇ ਕੰਮ ਵੜ ਗਿਆ ਉਹਦੇ ਉਹ ਪ੍ਰਸ਼ਾਦ ਵੰਡੀ ਜਾਂਦੀਆਂ ਹੁੰਦੀਆਂ ਵੀ ਸਾਡੇ ਮੁੰਡੇ ਨੂੰ ਕੰਮ ਮਿਲ ਗਿਆ ਭਾਈ ਇਸ ਕਰਕੇ ਸਾਨੂੰ ਤਾਂ ਕੰਮ ਉਹ ਮਿਲ ਗਿਆ ਸਾਰੇ ਪਰਿਵਾਰ ਨੂੰ ਕਰੇ ਨਾ ਕੋਈ ਜਿਹੜਾ ਕੰਮ ਨਹੀਂ ਉਹ ਲੜਾਈ ਹੈ ਮੇਲਾ ਮਨ ਸੈਤਾਨ ਦਾ ਕਰ ਹਾਂ ਦੂਜਾ ਸਿਹਤ ਵੀ ਵਧੀਆ ਰੂਹ ਢੀ ਠੀਕ ਹੈ ਸਰ ਸਭ ਤੋਂ ਪਹਿਲਾਂ ਮੈਂ ਹੁਣ ਤੁਹਾਨੂੰ ਤਾਂ ਸਵਾਲ ਤਾਂ ਕਰਦਾ ਕਿ ਕਿਉਂਕਿ ਤੁਸੀਂ ਆਹ ਦੇਖੋ ਤੁਹਾਡੇ ਪੈਕੇਟ ਦੇ ਉੱਪਰ ਵੀ ਲਿਖਿਆ ਕਹਿੰਦੇ 100% ਨੇਚਰਲ ਤੇ ਪਿਓਰ ਇਸ ਇਹ ਸ਼ਬਦ ਸੁਣਨ ਵਾਸਤੇ ਲੋਕ ਤਰਸਦੇ ਆ ਇਹ ਸ਼ਬਦ ਨਾ ਕਿਉਂਕਿ ਹਰ ਬੰਦੇ ਨੂੰ ਜਦੋਂ ਆਪਾਂ ਬਾਜ਼ਾਰ ਦੇ ਵਿੱਚ ਜਾਂਦੇ ਆ ਅਗਲਾ ਕਹਿੰਦਾ ਵਧੀਆ ਪਿਓਰ ਹੈ ਤਾਜੀ ਹੈ ਇਹ ਚੀਜ਼ਾਂ ਸਵਾਲ ਜਿਹੜੇ ਇਹ ਤੁਹਾਨੂੰ ਵੀ ਪੁੱਛੇ ਜਾਂਦੀ ਹੈ ਹਾਂ ਬਿਲਕੁਲ ਜੀ ਬਿਲਕੁਲ ਹਾਂ ਹਲਦੀ ਤੇ ਜਿਹੜੀ ਹੈਲਦੀ ਹੈ ਆਪਣੀ ਸਿਹਤ ਇਹ ਮੈਂ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਦਾ ਇੱਕ ਮੈਗਜ਼ੀਨ ਪੜ੍ਹਦਾ ਹਾਂ ਉਹ ਕਹਿੰਦੇ ਵੀ ਹਲਦੀ ਦਾ ਥੋੜੀ ਸਿਹਤ ਨਾਲ ਸੰਬੰਧ ਆ ਆਮ ਤੌਰ ਤੇ ਲੋਕੀ ਨੂੰ ਰੰਗਾਸੇ ਯੂਜ਼ ਕਰਦੇ ਆ ਬਿਲਕੁਲ ਸਵਾਦ ਵਾਸਤੇ ਹਾਂ ਸਵਾਦ ਆਉਂਦੀ ਨਹੀਂ ਜਿਹੜੀ ਹਲਦੀ ਹੈ ਮੈਂ ਕਹਿੰਦਾ ਵੀ ਜੇ ਇਹਦੀਆਂ ਆਪਾਂ ਬੜੀ ਵੱਡੀ ਲੰਬੀ ਵੀਡੀਓ ਹੋ ਜੂਗੀ ਹਾਂ ਫਾਰਾਂ ਨੂੰ ਪਤਾ ਹੀ ਹੈ ਜਿਹੜੇ ਬੰਦੇ ਕਰਾਜਾ ਇਹਦੇ ਪੈਰ ਦੇ ਗੋਡੇ ਤੋਂ ਲੈ ਕੇ ਸਿਰ ਤੱਕ ਇਹ ਇਲਾਜ ਕਰਦੀ ਆਪਾਂ ਆਪਣੇ ਸਰੀਰ ਦੇ ਉੱਪਰ ਕੋਈ ਵੀ ਇੱਕ ਛੱਟ ਵੱਜ ਜਾਂਦੀ ਜਾ ਕੇ ਇਹ ਬੰਦੇ ਦਾ ਕੋਈ ਜਾ ਕੇ ਇਹ ਹਾਲਤ ਦਾ ਹੱਡੇ ਦਾ ਜਾ ਕੇ ਦਾ ਹੋਰ ਕੀ ਬੜਾ ਪਹਿਲੀ ਮੁੱਢਲੀ ਸਾਤ ਅਸੀਂ ਇਹ ਹੀ ਸੀਗੀ ਆਪਣੀ ਹਲਦੀ ਦੁੱਧ ਤੇ ਘਿਓ ਉੱਪਰ ਹਾਂ ਕਰਦਾ ਪਿਆ ਰਹੇ ਸੀਗੀ ਦੂਜੀ ਗੱਲ ਪਿਓਰਿਟੀ ਦੀ ਗੱਲ ਕਰਦੇ ਹਾਂ ਅਸੀਂ ਤਰੀਬਨ ਮੇਲਿਆਂ ਦੇ ਵਿੱਚ ਹਲਦੀ ਫ੍ਰੀ ਵੰਡ ਦਿੰਦੇ ਆ ਹਾਂ ਅਸੀਂ ਕੰਨੇ ਵੀ ਤੁਸੀਂ ਹਲਦੀ ਲੈ ਜਾ ਸਾਡਾ ਉੱਤੇ ਐਡਰੈਸ ਹੈ ਤੇ ਜੇ ਤੁਹਾਨੂੰ ਘਰੇ ਜਿਹੜੀਆਂ ਸਵਾੜੀਆਂ ਆਪਣੀਆਂ ਭੈਣਾਂ ਆ ਸਾਡੀਆਂ ਮਾਤਾ ਮੈਂ ਦਾ ਹਲਦੀ ਉਹ ਵੀ ਹਾਊਸ ਵਾਈਫ ਹੈ ਜੇ ਉਹਨਾਂ ਨੂੰ ਤੈਨਾਂ ਨੂੰ ਚੰਗੀ ਲੱਗੀ ਤੇ ਸਾਡੇ ਅਕਾਊਂਟ 'ਚ ਪੈਸੇ ਪਾ ਦਿਓ ਅਹੀਂ ਤੁਹਾਡਾ ਕੋਈ ਐਡਰੈਸ ਨਹੀਂ ਲੋੜ ਕਰਦੇ ਹਾਂ ਜਿਹੜੇ ਸਾਡੀ ਮਾਰਕੀਟ ਜਿਆਦੇ ਹੈ ਸਾਡੇ ਕੋਲ ਪ੍ਰੋਡਕਸ਼ਨ ਹੋਣ ਘੱਟ ਹੈ ਸਾਡੇ ਕੋਲ ਡਿਮਾਂਡ ਜਿਆਦੇ ਹੈ ਕੋਈ ਨਾ ਕੋਈ ਤੁਹਾਨੂੰ त्याਗਣਾ ਉਹ ਕਰਨਾ ਪੈਣਾ ਹੈ ਜੇ ਕੋਈ ਪਉਣਾ ਤੇ ਤੁਹਾਨੂੰ ਉਹਦੇ ਵਿੱਚ ਉਹਦੇ ਆਹ ਤੇ ਕੋਈ ਨਾ ਕੋਈ ਵੀ ਲੋਕਾਂ ਦੀ ਹਰਮਨ ਪਿਆਰਤਾ ਹੋਣ ਲਿਆ ਕੋਈ ਪ੍ਰੋਡਕਟ ਆਲਾ ਮਹਿੰਗਾ ਵੇਚ ਕੇ ਕੀ ਨਹੀਂ ਲੈ ਕੇ ਜਾਂਦਾ ਪਰ ਜੇ ਉਹ ਫ੍ਰੀ ਲੈ ਜਾਂਦਾ ਲੈ ਜਾਂਦਾ ਤੇ ਉਹ ਸਾਡੇ ਇਸ ਤਰ੍ਹਾਂ ਕਸਟਮਰ ਬਣੇ ਵੱਡੀਆਂ ਵੱਡੀਆਂ ਕੰਪਨੀਆਂ ਆਉਂਦੀਆਂ ਜੀ ਵੱਡੇ ਵੱਡੇ ਬ੍ਰਾਂਡ ਆਉਂਦੇ ਆ ਕੰਪੀਟੀਸ਼ਨ ਦਾ ਜ਼ਮਾਨਾ ਹੈ ਤਾਂ ਲੱਗਦਾ ਨਹੀਂ ਵੀ ਇਸ ਕੰਪੀਟੀਸ਼ਨ ਦੇ ਜ਼ਮਾਨੇ ਚ ਉਤਰਨਾ ਔਖਾ ਹੈ ਕਿਉਂਕਿ ਅੱਜ ਕੱਲ ਤਾਂ ਬ੍ਰਾਂਡ ਹੀ ਇਹੋ ਜਿਹੇ ਆਗੇ ਵੀ ਉੱਤੇ ਜੇ ਉਸ ਤੋਂ ਬਿਨਾ ਤਾਂ ਕਹਿੰਦੇ ਲੈਣੀ ਨਹੀਂ ਆ ਫਲਾਣੀ ਕੰਪਨੀ ਦੀ ਆ ਉਹ ਫਲਾਣੀ ਕੰਪਨੀ ਬੀਜਦੀ ਆ ਪਤਾ ਨਹੀਂ ਨਹੀਂ ਬੀਜਦੀ ਉਹ ਇਸ ਤਰ੍ਹਾਂ ਦੀ ਕੰਪਨੀ ਚਲੀ ਬੀਜ ਨਹੀਂ ਸਕਦੀ ਕਿਉਂਕਿ ਉਹ ਕਿਸਾਨਾਂ ਤੋਂ ਪਰਚੇਜ ਕਰਦੇ ਆ ਠੀਕ ਹੈ ਨਾ ਜੇ ਵਪਾਰੀ ਦੀ ਵੀ ਆਪਣਾ ਲੋੜ ਹੈ ਜੇ ਕਿਸਾਨ ਵੱਜ ਗਿਆ ਤੇ ਵਪਾਰ ਵੱਜ ਗਿਆ ਵਪਾਰ ਵੱਜ ਗਿਆ ਦੇਸ਼ ਵੱਜ ਗਿਆ ਉਹਨਾਂ ਨੇ ਵੀ ਆਪਦੇ ਇੱਕ ਨਿਯਮ ਬਲਾਈ ਰੱਖੇ ਆ ਉਹ ਜੇ ਉਹ ਦੋ ਕੰਮ ਨਹੀਂ ਹੁੰਦੇ ਕਦੇ ਆਪਾਂ ਐਗਰੀਕਲਚਰ ਵੀ ਕਰ ਲਈਏ ਤੇ ਮਾਰਕੀਟਿੰਗ ਕਰ ਲਈਏ ਠੀਕ ਹੈ ਨਾ ਨਾਲ ਨਾਲ ਚੱਲਦੇ ਇਹ ਤਾਂ ਇਕੱਲਾ ਕਿਸਾਨ ਹੀ ਕਰਦਾ ਥੋੜੇ ਈਰਗੇ ਕੀਤੀ ਕਰਦਾ ਤੇ ਉਹ ਫਿਰ ਉਹਨਾਂ ਨੇ ਤਾਂ ਵੱਡੀ ਬਲਕ ਤੋਂ ਜਿਵੇਂ ਆਪਾਂ ਝੋਨਾ ਖਰੀਦਦੇ ਆ ਬਾਪ ਦੀ ਖਰੀਦਦੇ ਆ ਉਹਨਾਂ ਨੇ ਤਾਂ ਹਾਰੀਆਂ ਢੇਰਾਂ ਖਰੀਦਣੀਆਂ ਠੀਕ ਹੈ ਨਾ ਉਹ ਚੰਗੇ ਵੀ ਖਰੀਦ ਲਈ ਮਾੜੇ ਵੀ ਖਰੀਦਦੇ ਉਹਦਾ ਬੈਲੈਂਸ ਜੇ ਬਣਾ ਕੇ ਉਹਨਾਂ ਨੂੰ ਪ੍ਰੋਸੈਸਿੰਗ ਕਰਕੇ ਵੇਚਣਾ ਹੂੰ ਇਰੋੜ ਦੇ ਉਹਨਾਂ ਟੈਗ ਟੂ ਲਾਉਣਾ ਫਿਰ ਉਹ ਵੱਡੇ ਵੱਡੇ ਮੋਲਾਂ ਨੂੰ ਦਿੰਦੇ ਆ ਹਾਂ ਠੀਕ ਹੈ ਨਾ ਉਹਨਾਂ ਨੇ ਸਸਤਾ ਪਰਚੇਜ ਕਰ ਲਿਆ ਤੇ ਮੋਲਾਂ ਦੇ ਵਿੱਚ ਵੀ ਫਿਰ ਇਹ ਹੁਣ ਉਹਨਾਂ ਦਾ ਇੱਕ ਤਾਂ ਬਣਾਇਆ ਹੁੰਦਾ ਹੈ ਵੀ ਕਹਿੰਨਾ ਮੋਲੋ ਜਿਹਨੂੰ ਆਪਾਂ ਹੀ ਕਹਿੰਦੇ ਆ ਵੀ ਉਹ ਡਿਸਟ੍ਰਿਕਟ ਬਲ ਸਟੇਟ ਲੈਵਲ ਦਾ ਬਣਾਉਂਦੇ ਇੱਕ ਹਾਂ ਕੰਸਰਨਮੈਂਟ ਡਿਸਟ੍ਰੀਬਿਊਟਰ ਕਹਿੰਦੇ ਹਾਂ ਫਿਰ ਉਹ ਉਹਨੂੰ ਡਿਸਟ੍ਰਿਕਟ ਲੈਵਲ ਦਾ ਫਿਰ ਮੰਡੀ ਲੈਵਲ ਦਾ ਫਿਰ ਤਹਿਸੀਲ ਲੈਵਲ ਦਾ ਫਿਰ ਵਿਲੇਜ ਲੈਵਲ ਦਾ ਹਾਂ ਇਸ ਤਰ੍ਹਾਂ ਉਹ ਸਾਰੇ ਸੇਲਮੈਨ ਬਿਲਕੁਲ ਉਹਨਾਂ ਨੇ ਐਡ ਕਰ ਦਿਆ ਬੜਾ ਵੱਡਾ ਗਰੁੱਪ ਆਉਂਦਾ ਨਾ ਮੁਕਾਵੜਾ ਕਰ ਸਕਦਾ ਨਾ ਅੱਜ ਪਰ ਪਰ ਜਦੋਂ ਮੈਂ ਤੁਹਾਡਾ ਦੇਖਿਆ ਤੁਹਾਡਾ ਸਿਸਟਮ ਇੱਕ ਖੇਤ ਦੇ ਵਿੱਚ ਹਟਲਾ ਲੈਣੀ ਜਿਸ ਨੂੰ ਖੇਤ ਨੂੰ ਕਹਿੰਦੇ ਵੀ ਰਾਹ ਵੀ ਨਹੀਂ ਕੋਈ ਚੱਜਦਾ ਆਉਂਦਾ ਤੇ ਜੇ ਮੈਂ ਕਹਿੰਦਾ ਮੇਰੇ ਗਾਵਣੇ ਆਉਣਾ ਹੋਵੇ ਤਾਂ ਤਿੰਨ ਵਾਰੀ ਉਹਨੂੰ ਡਿੱਗ ਦੇ ਢੈਂਦੇ ਨੂੰ ਇੱਥੇ ਪਹੁੰਚਣਾ ਪੈਣਾ ਪਰ ਪਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਇਹ ਇਹ ਐਡਾ ਵੱਡਾ ਹੌਸਲਾ ਇੱਕ ਖੇਤ ਦੇ ਵਿੱਚ ਹੀ ਪ੍ਰੋਸੈਸਿੰਗ ਕਰਕੇ ਉੱਥੇ ਹੀ ਵੇਚਣੀ ਤਾਂ ਇਹ ਕਿਤਨਾ ਕਿਤੇ ਇੱਕ ਵੱਖਰਾ ਉਪਰਾਲਾ ਸੀ ਅਸੀਂ ਛੋਟੇ ਕਿਸਾਨ ਆ ਜੀ ਅਸੀਂ ਕਿਹੜੀ ਦਿਹਾੜੀ ਕਰਨ ਜਾਵਾਂਗੇ ਜਵਾਕ ਨਹੀਂ ਬੈਹਿ ਜਾਣੇ ਵਾਲਾ ਕੰਨ ਦਿਹਾੜੀ ਕਰਦੇ ਫਿਰਦੇ ਪੇ ਪੁੱਤੀ ਯਾਰ ਤੇ ਉਹ ਦੂਜਾ ਬੰਦਾ ਕਨ ਅੱਜ ਜਾਏਗਾ ਬਈ ਸਾਡੇ ਤੇ ਆਥੋਂ ਲੋਵਾ ਵਾ ਵਾ ਕੇ ਮੇਰੇ ਸਾਨ ਉਹ ਤਰਨੋਂ ਰਹਿ ਤਰਨੋਂ ਰਹਿਣ ਦਾ ਬੰਦਾ ਹਾਂ ਜਕਰ ਠੀਕ ਆ ਯਾਰ ਥੋੜਾ ਇੱਕ ਕੀਤੀ ਕਰਨੇ ਇੱਕ ਵੱਖਰੀ ਕੀਤੀ ਕਰ ਲਿਆ ਆਪਦੇ ਖੇਤ ਕੰਮ ਕਰੀ ਜਾਵਾਂਗੇ ਨਾਲੇ ਛਾਲ ਬਣੂਗੀ ਹੂੰ ਤੇ ਉਹਦੇ ਨਾਲ ਜੁਰਾਬੀ ਕਹਿੰਦਾ ਮਤਲਬ ਮੇਰੇ ਕੋਲ ਕਾਫੀ ਤਜਰਬਾ ਮੈਂ 1999 ਦੇ ਵਿੱਚ ਵੀ ਪਹਿਲਾਂ ਲਾਹਨ ਬੀਜਿਆ ਰਿਹਾ ਹੂੰ ਤੇ ਫਿਰ ਮੇਰਾ ਦੋਸਤ ਹੀ ਉਹ ਦੀਥ ਹੋ ਗਈ ਫਿਰ ਉਹਦੇ ਫਿਰ ਮੇਰਾ ਬੱਚਾ ਬੇਟਾ ਗੰਭਰੂ ਹੋ ਗਿਆ ਹੂੰ ਇਹ 18 ਸਾਲ ਦੀ ਉਮਰ ਦੇ ਵਿੱਚ ਮੇਰੇ ਨਾਲ ਕੰਮ ਕਰਨ ਦਾ ਪਿਆ। ਪੜ੍ਹਾਈ ਲਿਖਾਈ ਦੇ ਵਿੱਚ ਇਹ ਨਹੀਂ ਜਾਰੇ ਕਰ ਸਕਿਆ। ਹਮਮ ਪਰ ਮੈਂ ਤਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਇੱਕ ਪੀਜੀ ਕਿਸਾਨ ਕਲੱਬ ਦਾ ਮੈਂਬਰ ਹਾਂ। ਮੈਂ ਉਹਦੇ ਵਿੱਚ ਕਾਟਨ ਤੇ ਬਾਪੂ ਦੀ ਦੇ ਪ੍ਰੋਜੈਕਟ 'ਚ ਕੰਮ ਵੀ ਕੀਤਾ ਹੈ। ਹਮਮ ਤੇ ਤੁਸੀਂ ਇਹਦੇ ਤੋਂ ਲਿਖਿਆ ਨੇਚਰਲ ਤੇ ਪਿਓਰ ਕੀ ਗਾਰੰਟੀ ਹੈ? ਨੇਚਰਲ ਜਿਹੜੀ ਆ ਨੈਚਰਲ ਥੋੜਾ ਸਾਹਮਣੇ ਦੇਖ ਜਿੰਦੀ ਗਿਆਨ ਜਿਹੜਾ ਹੁੰਦਾ ਵੇਖ ਵੀ ਦੇਖਣ ਸੁਣਨ ਤੇ ਪੜ੍ਹਨ ਦਾ ਮਿਲਦਾ। ਹਮਮ ਹੁਣ ਅਸੀਂ ਨੇਚਰਲ ਕਿ ਜੇ ਬੈਠੇ ਬੰਬੇ ਹੋ ਗਏ ਕਿੱਥੇ ਜਾਊ ਬੰਦਾ ਵੇਖਣ। ਸਾਡੇ ਇੱਥੇ ਆ ਰੋਡ ਦੇ ਉੱਪਰ ਕੀ ਬੰਦਾ ਜਮਰੀ ਆ ਰੋਡ ਦੇ ਉੱਪਰ ਪੜਿਆ ਉਧਰੋਂ ਆਇਆ ਕੇ ਦੇਖ ਜਾਨਾ ਕਿ ਉਹ ਠੀਕ ਹਲਦੀ ਹੈ ਉਹਨੇ ਬੀਜ ਦੀ ਦੂਸਰਾ ਆਇਆ ਕਹਿੰਦੇ ਭਾਈ ਜੇ ਤੁਹਾਡੇ ਹਲਦੀ ਲੈ ਜਾ ਕੀ ਬੰਦੇ ਕਹਿੰਦੇ ਯਾਰ ਫ੍ਰੀ ਨਹੀਂ ਜਾ ਕੇ ਜਾਣੀ ਪੈਸੇ ਦੇ ਜਾ ਫਿਰ ਵੀ ਸਾਡੀ ਬੇਨਤੀ ਹੈ ਜੇ ਚੰਗੀ ਨਾ ਲੱਗੀ ਤਾਂ ਅਸੀਂ ਰਿਟਰਨ ਪੈਸੇ ਵਾਪਸ ਕਰਾਂਗੇ ਗੂਗਲ ਪੇ ਹਲ ਭੇਜ ਦੀ ਹਮ ਸਭ ਤੋਂ ਵੱਡੀ ਦੁਨੀਆ ਦੇ ਵਿੱਚ ਐਡ ਜਿਹੜੀ ਹੈਗੀ ਉਹ ਮਾਉਥ ਪਬਲਿਸਿਟੀ ਹੈ ਬਿਲਕੁਲ ਜਦੋਂ ਗਾਹਕ ਗਾਹਕ ਨੂੰ ਕਹਿੰਦਾ ਹੈ ਕਸਟਮਰ ਕਸਟਮਰ ਨੂੰ ਕਹਿੰਦਾ ਤੇ ਫਿਰ ਉਹਦੀ ਅੱਖਾਂ ਬੰਦ ਉਹ ਲਾਭ ਲੈਂਦਾ ਹੂੰ ਇਹ ਨਿਊ ਬੇਨਾ ਪਾਈਪ ਕਿਹੜੀ ਟੁੱਟੀ ਪੱਜੀ ਹੈ ਬਿਲਕੁਲ ਤੇ ਜੇ ਕੋਈ ਹਲਦੀ ਵੀ ਆਪਾਂ ਖਾਈ ਜੰਨੇ ਆ ਮਲਾਬਟ ਵਾਲੀ ਨੂੰ ਥੋੜੀ ਸਿਹਤ ਨਾਲ ਖਲਵਾੜ ਥੋੜੀ ਫੈਮਿਲੀ ਦੀ ਸਿਹਤ ਨਾਲ ਖਲਵਾੜ ਸਭ ਤੋਂ ਵੱਡਾ ਸਵਾਲ ਇੱਥੇ ਹੈ ਵੀ ਦਿੱਕਤਾਂ ਕਹਿੰਦੇ ਜਦੋਂ ਸ਼ੁਰੂਆਤ ਕਰਨੀ ਆ ਜਾਂ ਕਿਸੇ ਕਹਿੰਦਾ ਕੋਈ ਲੀ ਅੱਡ ਪਾੜਨੀ ਆ ਉਦੋਂ ਪਹਿਲਾਂ ਤਾਂ ਆਂਡ ਗਮਾਂਡੀ ਝੇਡਾਂ ਕਰ ਲੈਂਦਾ ਮੈਂ ਦੇਖਿਆ ਵੀ ਨੇੜੇ ਨੇੜੇ ਸਾਰੇ ਝੋਨਾ ਲੱਗਿਆ ਹੋਇਆ ਤਾਂ ਕਹਿੰਦੇ ਤਾਂ ਹੁਣੇ ਆ ਵੀਰ ਤੁਸੀਂ ਛੱਡੋ ਪਰਾਂ ਕਿਧਰ ਮੱਥਾ ਮਾਰਿਆ ਕਿਧਰ ਸਾਰਾ ਸਾਰਾ ਟੱਬਰ ਸਾਰਾ ਸਾਰਾ ਦਿਨ ਲੱਗੇ ਰਹਿਣ ਨੂੰ ਇੱਥੇ ਹੱਟ ਚ ਬੈਠੇ ਰਹਿੰਦੇ ਧੁੱਪੇ ਇਹ ਛੱਡ ਕੇ ਤਾਂ ਵਧੀਆ ਨਹੀਂ ਵੀ ਇੱਕ ਵਾਰੀ ਖੇਤ ਆਏ ਤੇ ਗੇੜਾ ਮਾਰਿਆ ਤੇ ਘਰੇ ਵਾਗੇ ਸਾਨੂੰ ਇਹ ਕਹਿੰਦੇ ਯਾਰ ਵੀ ਕਮਲ ਜਾਂ ਕਮਲੇ ਕੰਮ ਜੇ ਕਰਦੇ ਹੂੰ ਕਿਉਂਕਿ ਇੱਕ ਦੋ ਸਾਡੀ ਸਾਨੂੰ ਬੜਾ ਵੱਡਾ ਸ਼ਾਟ ਲੱਗਾ ਘਾਟਾ ਵੀ ਪਿਆ ਪਰ ਸਬਰ ਰੱਖਣਾ ਚਾਹੀਦਾ ਕਹਿੰਦੇ ਵੀ ਕਿਸਮਤ ਹਾਰ ਜਾਂਦੀ ਵਾਹ ਨਹੀਂ ਹਾਰਦੀ ਛੁੱਡੀ ਕਿਸਮਤ ਕਿਰੀ ਸਾਨੂੰ ਦੋ ਤਿੰਨ ਸਾਰਾਂ ਦੇ ਇਕੱਠੇ ਪੈਸੇ ਮਿਲ ਜਾਂਦੇ ਲੀਵਰ ਦੇ ਉਹ ਆਪਣੇ ਕੰਮ ਵੀ ਆ ਜਾਂਦੇ ਪਰਮਾਤਮਾ ਦੀ ਰਾਜਾ ਦੇ 라ਦੀਣਾ ਚਾਹੀਦਾ ਕਿ ਦੋ ਤਿੰਨ ਸਾਲ ਰੇਡ ਤਾਂ ਹੁਣ ਆਉਣੇ ਹੁੰਦਾ ਅਸੀਂ ਖੇਤੀ ਕਰਦੇ ਆ ਜਿਹੜੇ ਰਿਸਕ ਹੈ ਨਹੀਂ ਅਸੀਂ ਖੇਤੀ ਕਰਦੇ ਆ ਅੰਡਰਗਰਾਉਂਡ ਕ੍ਰੋਪ ਦੀ ਅੰਡਰਗਰਾਉਂਡ ਕ੍ਰੋਪ ਹੁੰਦੀ ਜਿਹੜੀ ਜ਼ਮੀਨ ਚ ਪੈਦਾ ਹੁੰਦੀ ਅਸੀਂ ਹਲਦੀ ਅਰਬੀ ਪਿਆਜ਼ ਲਸਣ ਦੀ ਖੇਤੀ ਕਰਦੇ ਆ ਇਹ ਜ਼ਮੀਨ ਚ ਪੈਦਾ ਦਾ ਪੱਤੇ ਦੇ ਬਾਹਰ ਹੁੰਦੇ ਇਹਨੂੰ ਬੜਾ ਵੱਡਾ ਰਿਸਕ ਨਹੀਂ ਹੁੰਦਾ ਕਿ ਜਾਂ ਕੋਈ ਬਰਸਾਤ ਬਾੜੀ ਪੈ ਗਈ ਜਾਂ ਘੜੇ ਪੈ ਗਏ ਜਾਂ ਕੋਈ ਹੋਰ ਨੀਰੀ ਝਖੜਾ ਕਿਉਂਕਿ ਸਾਡੀ ਕ੍ਰੋਪ ਥੱਲੇ ਪਈ ਹੈ ਜ਼ਮੀਨ ਦੇ ਵਿੱਚ ਉਹਦੀ ਖੇਤੀ ਕਰਦੇ ਆ ਜਿਹੜੀ ਅੰਡਰਗਰਾਉਂਡ ਕ੍ਰੋਪ ਹੈ ਇਹ ਮੇ ਅਲੂ ਹੈ ਅਰਬੀ ਹੋਈ ਹਲਦੀ ਹੋਈ ਇਹਦੇ ਚ ਰੇਟ ਦਾ ਉਤਰਾਛੜਾ ਬਹੁਤ ਹੁੰਦਾ ਹਾਂ ਹਾਂ ਲੇਕਿਨ ਹੋ ਜੇ ਤੁਹਾਨੂੰ ਗੰਡਾਂ ਹੀ ਘਾਟਾ ਪੈ ਗਿਆ ਜਾਂ ਹਲਦੀ ਘਾਟਾ ਪੋ ਹਲਦੀ ਪੂਰੀ ਕਰੂਗੀ ਹੋਰ ਚੀਜ਼ ਪੂਰੀ ਕਰਦੀ ਕਿਉਂਕਿ ਪ੍ਰੋਡਕਸ਼ਨ ਬਹੁਤ ਜ਼ਿਆਦਾ ਹੁੰਦੀ ਹੈ ਹਾਂ ਇਹ ਚੰਗੇ ਵੱਟੇ ਜਾਂਦੀ ਹੈ ਤੇ ਜੇ ਤੁਸੀਂ ਇੱਕ ਦੋ ਸਾਲ ਗੱਦਿਆਂ ਛੱਡ ਗਏ ਰੇਟ ਨਹੀਂ ਆਇਆ ਰੇਟ ਨਹੀਂ ਆਇਆ ਫਿਰ ਵੀ ਤੁਹਾਨੂੰ ਚੰਗੀ ਰੂ ਆਮ ਫਸਲ ਲਾਓ ਜੋ ਕਣਕ ਉਹਨੇ ਲਾਉਣਾ ਡਰ ਜਨ ਲੱਗਿਆ ਕਦੀ ਡਰ ਜਾ ਨਹੀਂ ਲੱਗਣਾ ਡਰ ਤਾਂ ਪਸ ਅਸੀਂ ਕਹਿੰਦੇ ਯਾਰ ਵੀ ਪੰਜਾਬ ਦੇ ਚ ਭੁੱਖਾ ਮਰਿਆ ਨਹੀਂ ਨੂੰ ਰੋਟੀ ਦਾ ਮਿਲੀ ਹੋਵੇ ਠੀਕ ਹੈ ਨਾ ਇੰਨੀ ਵੀ ਗਰੀਬ ਹਮਮ ਕਹਿੰਦੇ ਹਾਂ ਬਹੁਤ ਸਾਰੀ ਸੋਸ਼ਲ ਐਕਟੀਵਿਟੀ ਹਾਲੇ ਇੰਨਾਂ ਦੇ ਪਰਿਵਾਰ ਹੋਣ ਵੀ ਜਿਹੜੇ ਬੰਦੇ ਥੋੜੇ ਡਾਊਨ ਹੋ ਗਏ ਖੇਤੀ ਦੇ ਵਿੱਚ ਅੱਜ ਵੀ ਮੈਂ ਇੱਕ ਸੰਸਤਾ 'ਚ ਕੰਮ ਕੀਤਾ ਪੰਜਾਬ ਐਗਰੀਕਲਚਰ ਰੀਜਰਵੇਸ਼ਨ ਇਨੀਸ਼ੀਏਟਿਵ ਪਕੜੀ ਦੇ ਨਾਤੇ ਮੈਂ ਦੇਖਿਆ ਕਿ ਲਸਣ ਦੀ ਜਦੋਂ ਗੱਲ ਕਰਦੇ ਆ ਤਾਂ ਲਸਣ ਅਕਸਰ ਕਿਉਂਕਿ ਉਤਰਾ ਚੜਾ ਇੱਕ ਸਬਜ਼ੀ ਹੈ ਵੈਜੀਟੇਬਲ ਹੈ ਇਹਦੀ ਕਦੇ ਰੇਟ ਘਟ ਗਿਆ ਕਦੇ ਵਧ ਗਿਆ ਪਰ ਤੁਸੀਂ ਲਸਣ ਦਾ ਕਿਹੜਾ ਨਹੀਂ ਛੱਡ ਰਹੇ ਲਸਣ ਆਏ ਜੀ ਕਹਿੰਦਾ ਵੱਲੋਂ ਵੀ ਲਸਣ ਇੱਕ ਮੈਡੀਸਨ ਕ੍ਰੌਪ ਹੈ ਇਹ ਮੈਡੀਸਨ ਕ੍ਰੌਪ ਦੀ ਕੀਰਤੀ ਕਰਦੇ ਹਾਂ ਹਲਦੀ ਵੀ ਇੱਕ ਮੈਡੀਸਨ ਕ੍ਰੌਪ ਇਸ ਦਾ ਰੇਟ ਔਣੇ ਹੀ ਔਣਾ ਹੁੰਦਾ ਹੁਣ ਅਗਲੇ ਸਾਲ ਨੂੰ ਰੇਟ ਆਊਗਾ ਕਿ ਸੀਡ ਇਹਨਾਂ ਮਹਿੰਗਾ ਹਾਂ ਤੇ ਹੁਣ 40000 ਤੋਂ ਲੈ ਕੇ 50000 ਰੁਪਏ ਤੇ ਸਕਰੀਡ ਦਾ ਸੀਡ ਜਿਹੜੀ ਗ੍ਰੇਡ ਹੈ ਜਿਹੜਾ ਟਾਪ ਕਲਾਸ ਉਹ 50000 ਵੀ ਰੇਟ ਹੋ ਗਿਆ ਦਾ ਹਾਂ ਮੇ ਲੋ ਤੇ 20 ਫਿਰ ਵੀ ਹੈ ਨਹੀਂ ਕਦਾ ਰੇਟ ਹੀ ਹੈ ਹਾਂ ਤੇ ਇਹਦਾ ਹੁਣ 4 ਕੁਇੰਟਲ ਵੀ ਪੈ ਗਿਆ ਤੇ 2 ਰੱਖਦਾ ਵੀ ਪੈ ਗਿਆ ਤੇ ਆਹ ਬੰਦੇ ਹੁਣ ਤਾਂ ਮੇਰੇ ਸਾਨੂੰ ਤੇ ਨੀਂਦ ਉਹਨੂੰ ਹਟ ਜੂਗੀ ਬਿਲਕੁਲ ਤਾਂ ਹੁਣ ਤਾਂ ਹੋਣਾ ਹੀ ਨਹੀਂ ਹੂੰ ਅਸੀਂ ਕਹਿੰਦੇ ਵੀ ਟੈਨਸ਼ਨ ਨਾ ਲਓ ਇਹਨੂੰ ਖੇਤੀ ਮਾਰਲਿਆਂ ਤੋਂ ਸ਼ੁਰੂ ਕਰੋ ਗਿੱਠਾਂ ਤੋਂ ਸ਼ੁਰੂ ਕਰੋ ਕਰਮਾਂ ਤੋਂ ਸ਼ੁਰੂ ਕਰੋ ਪਹਿਲਾਂ ਵੀ ਬਣਾਓ ਜਿਹੜੀ ਅੰਡਰਗਰਾਊਂਡ ਕ੍ਰੌਪ ਹੈ ਜੀ ਟੋਡੇ ਕੋਲ ਵੀ ਆਉਂਦਾ ਹੈ ਤਾਂ ਤੁਸੀਂ ਜਿੱਤ ਗਏ ਜੇ ਤੁਸੀਂ ਹਰ ਵੀ ਮੁੱਲ ਲੈ ਕੇ ਪਾਲਿਆ ਤੇ ਫਿਰ ਤੁਸੀਂ ਹਾਰ ਗਏ ਪਹਿਲੇ ਹਾਰ ਗਏ ਤੁਸੀਂ ਜਿੱਤਣ ਦੀ بجائے ਕੋਈ ਸਾਡੇ ਕੋਲੇ ਗਵਰਨਮੈਂਟ ਆਫ ਲਾਈਡ ਡ੍ਰੈਡ ਆ ਜੀ ਨੰਬਰ 1 ਅਫੀਸਰ ਹੈ ਉਹਨਾਂ ਦੇ ਬੱਚੇ ਆ ਉਹ ਕਹਿੰਦੇ ਅਸੀਂ ਖੇਤੀ ਕਰਨੀ ਹੈ ਮੈਂ ਕਹਾਂ ਭਾਈ ਬਹਿਰ ਉਹਨਾਂ ਨੂੰ ਯਾਰ ਕੋਈ ਪ੍ਰਵਾਹ ਨਹੀਂ ਘਾਟੇ ਵੱਧੇ ਦੀ ਮੈਂ ਕਹਾਂ ਫਿਰ ਵੀ ਤੁਸੀਂ ਮਾਰ ਲਿਆ ਸ਼ੁਰੂ ਕਰੋ ਇੱਕ ਤਾਂ ਤੁਹਾਨੂੰ ਤਰੀਕਾ ਜਿਹੜਾ ਮੈਥਡ ਆ ਜਿਹੜੀ ਕਿਵੇਂ ਕੇਅਰ ਕਰਨੀ ਹੈ ਤੇ ਸਾਈਕਲ ਤੁਹਾਡੇ ਕੋ ਬੀ ਆਫ ਦਾ ਬਣ ਜੇ ਏਕਨ ਸਰਦਾਰ ਸਰ ਸਵਾਲ ਮੈਨੂੰ ਚ ਤਾਂ ਬਾਰ ਬਾਰ ਰੜਕੀ ਜਾਂਦਾ ਕਹਿੰਦੇ ਅੱਜ ਕੱਲ ਜਿਹੜੀ ਨੌਜਵਾਨੀ ਹੈ ਕਹਿੰਦੇ ਉਹ ਖੇਤ ਢੇੜਾ ਮਾਰਨ ਆਉਂਦੀ ਹੈ ਖੇਤ ਕੰਮ ਕਰਨ ਨਹੀਂ ਆਉਂਦੀ ਤਾਂ ਮੈਂ ਦੇਖਿਆ ਤੁਹਾਡਾ ਬੇਟਾ ਨਾਲ ਉਸੇ ਤਰ੍ਹਾਂ ਹੀ ਸਾਰਾ ਅੱਜ ਕੱਲ ਤਾਂ ਤੁਹਾਨੂੰ ਪਤਾ ਹੈ ਕਿਹੜਾ ਟ੍ਰੈਂਡ ਚੱਲ ਪਿਆ ਵੀ ਪਲੱਸ 2 ਤੋਂ ਬਾਅਦ ਹਾਈਲਾਈਟਸ ਕਰੋ ਤਾਂ ਬਸ ਬਾਹਰ ਜਾਓ ਇੱਥੇ ਤਾਂ ਪੰਜਾਬ ਇਹ ਸਤਰਾਜੀ ਜੀ ਜਿਹੜੀ ਦਾ ਅਸਲੀ ਕਮਾਈ ਹੈ ਉਹ ਫੁੱਲ ਖੇਤ ਕਿੰਨੀਆਂ ਪੈੜਾਂ ਕਰਦੇ ਥੋੜੀਆਂ ਪੈੜਾਂ ਹੀ ਖੇਤ ਦੀ ਕਮਾਈ ਹੈ ਜੇ ਤੁਸੀਂ ਉਥੋਂ 메 ਰੋਡ ਤੋਂ ਹੋ ਕੇ ਮੁੜ ਜਾਂਦੇ ਪਾਣੀ ਪੀ ਕੇ ਮੋਟਰ ਤੋਂ ਬਿਲਕੁਲ ਤੇ ਸੀਰੀ ਪਾਣੀ ਨੂੰ ਕਹਿੰਦੇ ਯਾਰ ਪਾਣੀ ਮੋੜ ਦੀ ਵੱਧ ਘਟ ਹੋ ਜਾਂਦਾ ਅਸਲੀ ਕਮਾਈ ਤਾਂ ਥੋੜੀਆਂ ਜਿਹੜੀਆਂ ਖੇਤ ਤੁਸੀਂ ਪੈੜਾਂ ਕਰਦੇ ਕਿੰਨੀਆਂ ਪੈੜਾਂ ਕਰਦੇ ਉਹ ਥੋੜੀ ਕਮਾਈ ਹੈ ਕਹਿੰਦੇ ਡਰ ਜਾ ਨਹੀਂ ਲੱਗਿਆ ਕਹਿੰਦੇ ਪੰਜਾਬ ਤਾਂ ਸਾਰਾ ਕੁਝ ਮੁੱਕ ਗਿਆ ਯਾਰ ਬਰ ਬੰਦਾ ਕਹਿੰਦਾ ਹੀ ਹੈ ਕਹਿੰਦੇ ਪੰਜਾਬ ਤਾਂ ਖਾਲੀ ਹੋ ਗਿਆ ਨਹੀਂ ਨਹੀਂ ਪੰਜਾਬ ਚ ਨਹੀਂ ਹੁੰਦਾ ਖਾਲੀ ਹੁੰਦਾ ਅੱਡੇ ਹੁਣ ਐਨ ਆਰ ਆਈ ਪਰਿਵਾਰ ਵੀ ਸਾਡੇ ਕੋਲੇ ਕਲ ਸਰਦਾਰ ਕਦਵਾਨ ਸਿੰਘ ਰੋਡੇਪਿੰਡ ਤੋਂ ਆਏ ਆ ਉਹਨਾਂ ਕੋਲ 85 ਏਕੜ ਜ਼ਮੀਨ ਹੈ ਤੇ ਉਹ ਵੀ ਕੁ ਲੱਖਾਂ ਦੀ ਕੀਤੀ ਕਰਨੀ ਚਾਹੁੰਦੇ ਕਹਿੰਦੇ ਉਹ ਕਹਿੰਦੇ ਸਾਨੂੰ ਵੀ ਬਚੇ ਨਾਮ ਵਿੱਚ ਅਸੀਂ ਲੋਕਾਂ ਦੀ ਸੇਵਾ ਕਰਨੀ ਹੂੰ ਲੋਕਧਰਜਨ ਕਰਨ ਲੱਗੇ ਹਾਂ ਲੋਕਧਰਜਨ ਕਰਨ ਆਪੇ ਹੂੰ ਤੇ ਪੰਜਾਬ ਦਾ ਇੱਕ ਰੰਗਲਾ ਪੰਜਾਬ ਸੀਗਾ ਰਲ ਮਿਲ ਕੇ ਫਿਰ ਰੰਗਲਾ ਪੰਜਾਬ ਬਣ ਜੂਗਾ ਹਾਂ ਹਿੰਮਤ ਮਾਰ ਕੇ ਬਿਲਕੁਲ ਸਾਨੂੰ ਹਲਦੀ ਨੂੰ ਯਾਰ ਉੱਥੇ ਹੁੰਦੀ ਜਿੱਥੇ ਕੁਝ ਨਹੀਂ ਹੁੰਦਾ ਵਾਹ ਜਿੱਥੇ ਕੋਈ ਫਸਲ ਨਹੀਂ ਹੁੰਦੀ ਉੱਥੇ ਹਲਦੀ ਹੋ ਜਾਂਦੀ ਹੈ ਹੂੰ ਤੇ ਇੱਕ ਵੱਟ ਲਾ ਦਵੇ ਬੰਦਾ ਹੂੰ ਇੱਕ ਮਰਲਾ ਹਲਦੀ ਜਿਹੜੀ ਪੰਜ ਜੀਆਂ ਹੱਥੇ ਵੱਧ ਹੁੰਦੀ ਹੈ ਰਿਆਕ ਜਿਹੜਾ ਦਰਖਤ ਆਪਣਾ ਉਹ ਬਦਲੇ ਡੇਢ ਮਰਲੇ ਪਹਿਲਿਆ ਹੁੰਦਾ ਦਰਖਤ ਥੱਲੇ ਲਾ ਲਓ ਹਮ ਅਸੀਂ ਕਿਸਾਨ ਕੀ ਹੈ ਵੇਚਦਾ ਟਰਾਲੀਆਂ ਦਾ ਲਿਓ ਦਾ ਲਫਾਫਾ ਫੈਚ ਹਾਂ ਠੀਕ ਹੈ ਨਾ ਬਿਲਕੁਲ ਤੇ ਜਦੋਂ ਹੁਣ ਸੌਂਫ ਆਪਣੇ ਵਧੀਆ ਹੁੰਦੀ ਐ ਅਸੀਂ ਸੌਂਫ ਦਾ ਵੀ ਲੇਤਾ 1067 ਬੰਦਿਆਂ ਨੂੰ ਇਹ ਲਾਸਟ ਇਅਰ ਹਲਦੀ ਬਿਜਾਤੀ ਹਾਂ ਕਰਾ ਇਹ ਕਹੇ ਰਬੀ ਉਹ 1067 ਜਿਹੜੇ ਉਹਨਾਂ ਦੇ ਭੂਆ ਮਾਸੀ ਚਾਚੀ ਵਾਲਾ ਆਣ ਗਉਣ 2000 ਸਾਨੂੰ ਵੀ ਥੋੜਾ ਬੀਜ ਉਹ ਕੋ ਮੇਰੇ ਕੋਲ ਤਾਂ ਵੀ ਘਟ ਗਿਆ ਹੋਣਾ ਤੇ ਮੈਂ ਜੋਨ ਵਾਇਰੋਂ ਦੋ ਕੈਲ ਠੀਕ ਹੈ ਨਾ बिक ਜਾਂਦੀ ਹੈ ਸਾਰੀ ਤੁਹਾਡੀ ਜੀ ਜੀ ਬਦੂ ਕਹਿੰਦਾ ਮਲ ਫੁੱਡੀ ਚੰਗੀ ਏਜੰਸੀ ਕਹਿੰਦੇ ਹੋਕਾ ਦੇ ਕਿ ਨਹੀਂ ਵੇਚੀ ਦੀ ਤੇ ਸਿਉਣਾ ਕਿਤੇ ਗਲੀ ਗਲੀ ਟੋਕਰਾਂ ਪਾ ਕੇ ਵੇਕੇਂਦਾ ਨਹੀਂ ਸੁਣਿਆ ਥੋੜੀ ਕੁਆਲਿਟੀ ਹੋਵੇ ਤੇ ਗਾਗਤ ਬਈ ਆਣ ਕੇ ਭੱਜਿਆ ਫਿਰਦਾ ਤੈਨੂੰ ਬਿਮਾਰੀਆਂ ਹੋਣ ਨਹੀਂ ਲੱਗਦੀ ਹਲਦੀ ਨਾਲ ਹੀ ਮਰ ਜਕਣੀ ਇਹ ਤਾਂ ਬਿਮਾਰੀਆਂ ਰੋਕਦੀ ਹੈ ਕੋਈ ਬਿਮਾਰੀ ਨਹੀਂ ਲਾਦੀ ਤੇ ઓਰਗੈਨਿਕ ਨਾਲੋਂ ਹੁੰਦਾ ਆਰਗੈਨਿਕ ਇਹਦੇ ਤੇ ਕੋਈ ਇਹ ਆਪ ਆਪ ਖੋਦੀ ਦੀ ਹਲਦੀ ਦੀ ਜਿਹੜੀ ਲਹਿੰਦੀ ਜਿਹੜੇ ਆ ਜਿਹੜੇ ਆ ਆਪਣੇ ਜਿਹੜੇ ਹੈਗੇ ਆਰਗੈਨਿਕਲ ਉਹ ਵੀ ਸਪਰਸ਼ ਕਰਦੇ ਵੀ ਇਹ ਤੁਹੇ ਹਲਦੀ ਰੋਟੀ ਟੁੱਟ ਪੱਜਾ ਹੈ ਜਿਹੜਾ ਵੇਸਟ ਮਟੀਰੀਅਲ ਹੈ ਹੂੰ ਉਹ ਤੁਸੀਂ ਸਪਰੇਅ ਕਰ ਦਿਓ ਜਾਂ ਜਮਾ ਇਹ ਅੰਡਰ ਸਾਈਜ਼ ਰਹਿੰਦਾ ਹੂੰ ਜਿਹਨੂੰ ਆਪਾਂ ਕਹਿੰਦੇ ਆ ਥੋਨੇ ਪੱਖਾ ਲੱਗਿਆ ਜਮਾ ਅੰਡਰ ਸਾਈਜ਼ ਆ ਟੁੱਟ ਪੱਜਾ ਉਹ ਡੇੜੀਆਂ ਵਾਲੇ ਆ ਜਾਂਦੇ ਪਹੂ ਵਾਲੇ ਉਹ ਫੀਡ ਚ ਪਾਉਣ ਦੇ ਕਿਲੋ ਹਾਂ ਹਾਂ ਭਾਈ ਤੁਸੀਂ ਸ਼ੁਰੂ ਕਰੋ ਲਾਈਨ ਵਾਲੇ ਬਹੁਤ ਆ ਅ ਸਰਦਾਰ ਸਾਹਿਬ ਦੀਆਂ ਗੱਲਾਂ ਕਹਿੰਦੇ ਬਹੁਤ ਡੂੰਘੀਆਂ ਨੇ ਚਾਹੀਦਿਆਂ ਵੀ ਹੈ ਕਿਉਂਕਿ ਫਸਲ ਹੀ ਡੂੰਗੀ ਹੈ ਜਿੰਨੀ ਫਸਲ ਡੂੰਗੀ ਹੋਊਗੀ ਤਾਂ ਉਹਨੀਆਂ ਗੱਲਾਂ ਵੀ ਡੂੰਗੀਆਂ ਚਾਹੀਦੀਆਂ ਨੇ ਕਿਉਂਕਿ ਅੱਜਕੱਲ ਦੀ ਨੌਜਵਾਨੀ ਨੂੰ ਕਿਤੇ ਨਾ ਕਿਤੇ ਪ੍ਰੇਰਿਤ ਕਰਨ ਦੀ ਲੋੜ ਹੈ ਬਾਈ ਸਾਡੇ ਨਾਲ ਉਹਨਾਂ ਦੇ ਬੇਟੇ ਮੌਜੂਦ ਆ ਕਿਉਂਕਿ ਉਹਨਾਂ ਦੇ ਨਾਮ ਤੇ ਹੀ ਫਾਰਮ ਹੈ ਜਿਹੜਾ ਉਡੀਕ ਫਾਰਮ ਕਹਿੰਦੇ ਨਾ ਹੀ ਬੜਾ ਪਹਿਲਾਂ ਤਾਂ ਵੱਖਰਾ ਜ ਹੈ ਤਾਂ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਜਿਵੇਂ ਮੈਂ ਤੁਹਾਡੇ ਫਾਦਰ ਸਾਹਿਬ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਵੀ ਖੇਤ ਦੇ ਵਿੱਚ ਜਿੰਨੀਆਂ ਕਰਮਾ ਤਾਂ ਉਹਨਾਂ ਖੇਤ ਗਾਂ ਨੂੰ ਤੁਰਦਾ ਕਹਿੰਦੇ ਉਹਨਾਂ ਖੇਤ ਵੱਧਾ ਹੈ ਕਟਦਾ ਨਹੀਂ ਜਿੰਨੀ ਗਰਮਾ ਕਰੋਗੇ ਤਾਂ ਕਿਵੇਂ ਲੱਗਦਾ ਫਿਰ ਜਦੋਂ ਫਾਦਰ ਸਾਹਿਬ ਨਾਲ ਇਹ ਕਾਰੋਬਾਰ ਦੇ ਵਿੱਚ ਇੱਥੇ ਆਉਣੇ ਕਿਉਂਕਿ ਅੱਜ ਕੱਲ ਦਾ ਟ੍ਰੈਂਡ ਹੀ ਬਦਲ ਚੁੱਕਿਆ ਉਹ ਬਾਈ ਜੀ ਸਭ ਤੋਂ ਪਹਿਲਾਂ ਨਾ ਵੀ ਹੁਣ ਇਹ ਜੇ ਮੈਂ ਖੇਤੀ ਨਾ ਕਰਦਾ ਜੀ ਕਿਸੇ ਦੇ ਅੰਡਰ ਕੰਮ ਕਰਨਾ ਪੈਣਾ ਸੀ ਕਈ ਗੁਲਾਮੀ ਚਲੋ ਵੀ ਹੈ ਨਾ ਆਪਾਂ ਕਿਸੇ ਦੇ ਅੰਡਰ ਹੀ ਕੋਈ ਨਾ ਕੋਈ ਕੰਮ ਤੋਰਨਾ ਸੀਗਾ ਹੁਣ ਆਉਦੇ ਖੇਤ ਹੋਣਾ ਹੀ ਆਪਦਾ ਕੰਮ ਆ ਜਦੋਂ ਮਰਜ਼ੀ ਕਰ ਲਓ ਠੀਕ ਹੈ ਨਹੀਂ ਜਹਾਜ਼ ਨੂੰ ਕਰ ਲਓ ਦੁਪਹਿਰੇ ਕਰ ਲਓ ਸ਼ਾਮ ਨੂੰ ਕਰ ਲਓ ਜੀ ਇਹ ਆਨੰਦ ਹੀ ਵੱਖਰਾ ਜੀ ਇਹ ਨਜ਼ਾਰਾ ਹੀ ਵੱਖਰਾ ਹੈ ਕਿਉਂਕਿ ਕਾਰਨ ਪਤਾ ਕੀ ਜੀ ਦਾ ਸਭ ਤੋਂ ਵੱਡੀ ਗੱਲ ਜੀ ਇੰਟਰਸਟ ਬੰਦੇ ਦਾ ਜੇ ਹੁਣ ਮੇਰਾ ਜੇ ਮੇਰੇ ਫਾਦਰ ਸਾਹਿਬ ਜੇ ਮੇਰਾ ਇੰਟਰਸਟ ਨਾ ਹੁੰਦਾ ਤਾਂ ਮੈਨੂੰ ਧੱਕੇ ਨਾਲ ਵੀ ਨਹੀਂ ਲਾ ਸਕਦੇ ਸੀ ਮੈਂ ਇਸ ਵਾਲੇ ਇੱਕ ਬੱਚੇ ਹੋਰ ਪੁੱਛ ਲਾਂ ਕਹਿੰਦੇ ਵੀ ਇੰਟਰਵਿਊ ਕਰਨ ਆਲੇ ਨੇ ਆਉਣਾ ਵੀ ਤਾਂ ਕਹਿੰਦਾ ਮੇਰੇ ਅਗੇ ਦੀ ਪਹਿਲਾਂ ਪੱਗ ਨਹੀਂ ਲੋਟ ਆਉਂਦੀ ਫਿਰ ਟੀ-ਸ਼ਰਟ ਨਹੀਂ ਲੋਣ ਦੇ ਲੀਡਿੰਗ ਲੋਟਣ ਦੇ ਤੁਸੀਂ ਐਂ ਤੁਰਿਆ ਨਹੀਂ ਫਿਰ ਹੁਣ ਜਦੋਂ ਕੰਮ ਹੀ ਇਹ ਹੋ ਜਾਈ ਕਿੱਤਾ ਹੀ ਇਹ ਹੋ ਜਾਈ ਹੁਣ ਜੇ ਮੈਂ ਵਧੀਆ ਨਾ ਧਾਤ ਹੋ ਕੇ ਖੇਤ ਵੀ ਖੇਤ ਕਰਨਾ ਜਦੋਂ ਆਪਾਂ ਮਿੱਟੀ ਦਾ ਮਿੱਟੀ ਹੋਣਾ ਜੀ ਤੇ ਫਿਰ ਉਹ ਡ्रेसਿੰਗ ਸੈਂਸ ਨਹੀਂ ਵੇਖੀ ਇਹ ਤਾਂ ਜਦੋਂ ਕਰਨਾ ਹੀ ਕੰਮ ਆ ਪਾ ਜੀ ਕਿੱਤਾ ਕਰਨਾ ਜਦੋਂ ਆਪਣਾ ਕਿੱਤਾ ਹੀ ਆਪਣੇ ਇੱਕ ਉਹੋ ਜਿਹਾ ਮੇਲ ਖਾਂਦਾ ਜੀ ਉਹੋ ਜਿਹਾ ਫਿਰ ਆਪਾਂ ਨੂੰ ਕੱਪੜੇ ਪਾਉਣੇ ਪੈਂਦੇ ਆ ਜੀ ਬਈ ਹੁਣ ਮੈਂ ਹਲਦੀ ਵਾਰੇ ਆ ਜਾ ਹਲਦੀ ਦੇ ਵਿੱਚ ਬਹੁਤ سارے ਸਵਾਲ ਆ ਲੋਕਾਂ ਦੇ ਕਹਿੰਦੇ ਵੀ ਹਲਦੀ ਦੇ ਵਿੱਚ ਮਿਕਸ ਕੀ ਹੁੰਦਾ ਇਹਦੇ ਵਿੱਚ ਪਤਾ ਕਿਵੇਂ ਲੱਗੇ ਕਿਉਂਕਿ ਹਰ ਬੰਦੇ ਨੂੰ ਪਤਾ ਨਹੀਂ ਲੱਗਦਾਗਾ ਕਿਉਂਕਿ ਪੈਕਿੰਗ ਵਾਲੀ ਡੱਬੀ ਵਾਲੀ ਚੀਜ਼ ਲਿਆਉਣੀ ਪਤਾ ਕਿਵੇਂ ਲੱਗੇਗਾ ਇਹ ਤਾਂ ਨਾ ਇਹ ਸੌਖਾ ਹੀ ਤਰੀਕਾ ਜੀ ਇਹ ਤਾਂ ਨਾ ਆਪਣੇ ਪੁਰਾਣੇ ਜਿਹੜੇ ਹੁਣ ਬਜ਼ੁਰਗ ਸਿਓ ਘਰੇ ਆਪਾਂ ਪਹਿਲਾਂ ਕਿਹੜੀਆਂ ਸੀ ਹੁਣ ਚਲੋ ਬਲਾਵਟੀ ਬਾਲੀ ਹੋ ਗਈ ਹਨਾ ਜੀ ਇਹ ਹ ਤਾਂ ਉਹ ਤੋਂ ਆਸਾਨ ਤਰੀਕਾ ਤੇ ਜੇ ਮਲਾਵਟ ਹੁੰਦੀ ਜਿਹੜੀ ਉਹ ਚੌਲਾਂ ਦੀ ਕਣਕੀ ਤੇ ਜਿਹੜੇ ਛੋਲਿਆਂ ਦੀ ਦਾਲ ਦੂਲ ਜਿਹੜੀ ਸੱਟਣ ਵਾਲੀ ਹੁੰਦੀ ਖਰਾਬ ਹੁੰਦੀ ਦਲੀ ਹੁੰਦੀ ਆ ਜੀ ਉਹ ਮਿਕਸ ਕਰ ਦਿੰਦੇ ਆ ਜੀ ਬਾਕੀ ਆ ਸਰਕਾਰੀ ਲਿਟਰੇਚਰ ਹੈ ਜੀ ਖੇਤੀਬਾੜੀ ਵਿਭਾਗ ਪੰਜਾਬ ਚੰਡੀਗੜ੍ਹ ਦਾ ਜੀ ਆ ਦੇਖੋ ਨਾਲ ਹੀ ਰੱਖਿਆ ਇਹ ਹਾਂਜੀ ਹਾਂਜੀ ਇਹ ਆਪਣਾ ਆਵਧਾਨੀ ਨਾਲ ਸਰਕਾਰੀ ਹੈ ਜੀ ਇਹ ਤਾਂ ਹੈ ਨਹੀਂ ਵੀ ਮੈਂ ਆਪ ਆਪ ਜੱਥੀ ਲਿਖਿਆ ਜੀ ਆ ਦੇਖੋ ਜੀ ਪੀਸੀ ਹਲ ਦੀ ਚੌਲਾਂ ਦੇ ਕਣਕ ਚੋਲਾ ਨਾਲ ਕਣਕਾਂ ਦੇ ਕਣਕ ਦਾ ਕਣਕਾਂ ਦੇ ਪੀਲਾ ਰੰਗ ਵੀ ਇਹ ਜਿਹੜੀ ਮਿਲਾਵਟ ਕਰਦੀ ਹੈ ਜੀ ਉਹਨੂੰ ਮਿਲਾਵਟ ਚੈੱਕ ਕਰਨ ਦਾ ਤਰੀਕਾ ਵੀ ਘਰੇ ਕੱਚ ਦਾ ਗਲਾਸ ਲੈ ਲਓ ਉਹ ਪਾਣੀ ਪਾਣੀ ਦਾ ਪਾਣੀ ਦਾ ਕਰ ਲਓ ਅੱਧਾ ਕੋਈ ਉਹਦੇ ਚਮਚਾ ਮਾਰੋ ਹਲਦੀ ਦਾ ਜੀ ਜਿਹਦੇ ਕੰਨੀਆਂ ਦੇ ਕੰਨੀਆਂ ਤੇ ਲੇਨ ਜੀ ਬਣ ਗਈ ਜੀ ਵੀ ਮੜਾ ਮੜਾ ਜੰਮ ਜੇ ਗਿਆ ਕੋਸ ਭਰਤ ਜੀ ਬਣ ਗਈ ਤਾਂ ਉਹਦੇ ਚ ਮਿਲਾਵਟ ਆ ਜੀ ਵੀ ਜਿਹੜਾ ਰੰਗ ਆ ਜਾਂ ਚੋਲਾ ਦੀ ਕਣੀਆਂ ਉਹ ਸਾਈਡ ਤੇ ਉਹ ਡੁੱਬਿਆ ਨਹੀਂਗਾ ਉਹ ਸਾਈਡ ਤੇ ਆਗਾ ਤੇ ਜਿਹੜੀ ਹਲਦੀ ਪਿਓਰ ਹੋਗੀ ਉਹ ਥੱਲੇ ਪਾਣੀ 'ਚ ਡੁੱਬ ਜੂਗੀ ਤੇ ਉਹ ਬਾਟ ਅਮਰੀਕਾ ਵੀ ਪਿਓਰਟੀ ਦਾ ਤਰੀਕਾ ਚੈੱਕ ਕਰਨ ਦਾ ਵੀ ਆਪਣਾ ਘਰੇਲੂ ਲਾ ਵੀ ਘਰੇਲੂ ਤਰੀਕਾ ਜਿਹਨੂੰ ਜਦੋਂ ਮਰਜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਯਾਰ ਮੈਂ ਇੱਕ ਹੋਰ ਬਹੁਤ ਸੁਣਿਆ ਰਿਕ ਭਾਈ ਕਹਿੰਦੇ ਕਿ ਹਲਦੀ ਨੂੰ ਕੀੜਾ ਲੱਗ ਜਾਂਦਾ ਲੱਗਦਾ ਹਲਦੀ ਨੂੰ ਕੀੜਾ ਇਹ ਤਾਂ ਇਹਦੀ ਦਾ ਫਸਲ ਨੂੰ ਕੋਈ ਕੀੜਾ ਨਹੀਂ ਲੱਗਦਾ ਜੀ ਜਿਹੜੀ ਇਹਦੀ ਸਭ ਤੋਂ ਵੱਡੀ ਗੱਲ ਹੈ ਇਹਦੀ ਫਸਲ ਆ ਹਲਦੀ ਖੜੀ ਹੈ ਇਹਨੂੰ ਕੋਈ ਕੀੜਾ ਮਕੌੜਾ ਹੈ ਨਹੀਂ ਜੀ ਤੇ ਆਮ ਆਪਣੇ ਐਵੇਂ ਆਪਣੇ ਘਰੇ ਅਸਵਾਣੀਆਂ ਕਹਿੰਦੀਆਂ ਯਾਰ ਭੌਣ ਲੱਗ ਗਿਆ ਇਹਦੇ ਤੇ ਹਲਦੀ ਪਾ ਦਿਓ ਵੀ ਕੀੜੇ ਭੱਜ ਜਾਣਗੇ ਤੇ ਜੇ ਜਦੋਂ ਆਪਾਂ ਹਲਦੀ ਕੀੜਿਆਂ ਦੇ ਪੌਣਿਆ ਵੀ ਕੀੜੇ ਭਜਾਉਣ ਖਾਤਰ ਤੇ ਜੇ ਇਹਨੇ ਕੀੜਾ ਲੱਗ ਗਿਆ ਫਿਰ ਉਹ ਹਲਦੀ ਨਹੀਂ ਜੀ ਉਹ ਫਿਰ ਹਲਦੀ ਨਾ ਹੋਈ ਉਹ ਜੇ ਹਲਦੀ ਨੂੰ ਕੀੜਾ ਲੱਗਿਆ ਨਾ ਜਿਹੜੀ ਪਿਓਰ ਹਲਦੀ ਉਹਨੂੰ ਕੀੜਾ ਨਾ ਲੱਗੂਗਾ ਜੀ ਜਿਹੜੀ ਮਿਲਾਵਟ ਵਾਲੀ ਹਲਦੀ ਉਹਨੂੰ ਤਾਂ ਫਿਰ ਕੌਸਲ ਲੱਗੀ ਜਾਵੇ ਜਦੋਂ ਉਹ ਹਲਦੀ ਹੈਣੀ ਜੀ ਬਿਲਕੁਲ ਵੀ ਹਲਦੀ ਨੂੰ ਕੀੜਾ ਨਹੀਂ ਲੱਗਦਾ ਜੀ ਜਿਹੜੀ ਪਿਓਰ ਹਲਦੀ ਆ ਨਹੀਂ ਇੱਥੇ ਤੁਹਾਡੇ ਕੋਲੇ ਲੋਕ ਜਦੋਂ ਆਉਂਦੇ ਨੇ ਮੈਂ ਦੇਖਿਆ ਤੁਹਾਡਾ ਜਿਹੜਾ ਤੁਸੀਂ ਛੱਟ ਵੀ ਬਿਲਕੁਲ ਖੇਤ ਦੇ ਵਿੱਚ ਬਣਾਈ ਆ ਸਭ ਤੋਂ ਵੱਡੇ ਸਵਾਲ ਕੀ ਹੁੰਦੇ ਆ ਲੋਕਾਂ ਦੇ ਆ ਕੇ ਪੁੱਛਦੇ ਕੀ ਆ ਜਿੱਦਾਂ ਬਣਾਉਣ ਨੂੰ ਆਪਣੇ ਸਾਡੇ ਕੋਲੇ ਦੁਕਾਨ ਵੀ ਪਈ ਆ ਮੂਗਾ ਰੋਡ ਤੇ ਉੱਥੇ ਵੀ ਬਣਾ ਸਕਦੀ ਸੀ ਇਹ ਸਾਡੇ ਖੇਤ ਬਣਾਉਣ ਦਾ ਕਾਰਨ ਹੈ ਕਿਸਾਨ ਹੱਟ ਵੀ ਕਿਸਾਨ ਤੋਂ ਸਿੱਧਾ ਤੁਹਾਡੇ ਘਰ ਵੀ ਸਹੀ ਇੱਥੇ ਪ੍ਰੋਡਕਸ਼ਨ ਕਰੀ ਜਾਂਦੇ ਆ ਹਲਦੀ ਦੀ ਤੇ ਜੇ ਆਪਾਂ ਮਾਲਕ ਕੋਈ ਵੀ ਹੁਣ ਦੁਕਾਨ ਅਸੀਂ ਪਾਲੀਓ 2 ਕਿਲੋਮੀਟਰ ਜਾਂ 3 ਕਿਲੋਮੀਟਰ ਪਾਸੇ ਕਿਉਂ ਕਿਉਂ ਨਾ ਆਪਦੇ ਖੇਤ ਪਾਈ ਜਾਵੇ ਜਿੱਥੇ ਆਪਾਂ ਪ੍ਰੋਡਕਸ਼ਨ ਕਰਦੇ ਆ ਕਸਟਮਰ ਆਉਂਦਾ ਤੁਸੀਂ ਲੈਣ ਆਗੇ ਸਪੋਜ਼ ਕਰ ਲੋ ਹਲਦੀ ਤੋਂ ਥੋੜੀ ਤੁਸੀਂ ਦੁਕਾਨ ਤੇ ਜੇ ਪਾਸੇ ਹਲਦੀ ਪਈ ਆ ਕਿਤੇ ਜੀ ਤੁਸੀਂ ਪੁੱਛੋਗੇ ਯਾਰ ਤੁਸੀਂ ਕਿੱਥੇ ਵੇਚਦੇ ਆ ਕੀ ਕਰਦੇ ਆ ਕੀ ਸਵਾਲ ਕਰੋਗੇ ਜੇ ਤੁਸੀਂ ਸਾਡੇ ਖੇਤ ਹੀ ਉੱਥੇ ਲੈਣ ਸਾਗੇ ਜਿੱਥੇ ਹੀ ਪੈਦਾ ਕਰੀ ਜਾਂਦੇ ਪ੍ਰੋਸੈਸ ਕਰੀ ਜਾਂਦੇ ਪੈਕਿੰਗ ਵੀ ਸਾਰਾ ਕੁਝ ਉੱਥੇ ਹੀ ਕਰੀ ਜਾਂਦੇ ਤੁਸੀਂ ਉੱਥੇ ਹੀ ਲੈਣ ਆਗੇ ਫਿਰ ਤੁਹਾਨੂੰ ਵੀ ਸ਼ੀਸ਼ਾ ਕਰਤਾ ਮੁਰੇ ਜੀ ਤੁਹਾਨੂੰ ਇਹ ਹੋ ਜੂਗਾ ਜਾਂ ਨਹੀਂ ਠੀਕ ਆ ਯਾਰ ਜਦੋਂ ਮੈਂ ਆਉਂਦੇ ਜਦੋਂ ਵੀ ਕਸਟਮਰ ਆਉਂਦੇ ਅੱਖੀਂ ਵੇਖ ਲੈ ਸਾਰਾ ਕੋਈ ਵੀ ਆਉਂਦੀ ਤਸੱਲੀ ਹੋ ਗਈ ਕਿਸੇ ਵੀ ਬੰਦੇ ਦੀ ਅਗਲਾ ਕਹਿੰਦਾ ਠੀਕ ਆ ਯਾਰ ਵੀ ਉਹ ਸਵਾਲ ਹੀ ਨਹੀਂ ਕਰਦਾ ਜੀ ਵੀ ਕੀ ਵੀ ਇਹ ਕਿੱਥੇ ਵੀ ਦੋ ਕਿੰਨਾ ਵੀ ਦੋ ਜਦੋਂ ਆਉਂਦੇ ਸਾਡੇ ਖੇਤ ਜਿੱਥੇ ਹਲਦੀ ਖੜੀ ਆ ਉੱਥੇ ਹੀ ਹਲਦੀ ਲੈਣ ਆ ਗਿਆ ਤਾਂ ਇਹਦੋਂ ਵੀ ਕਿਸਾਨ ਹਟ ਤਾਂ ਫਿਰ ਅਸਲੀ ਇਹ ਹੋਈ ਜ ਇਨੂੰ ਕਈ ਕਈ ਕਿਹਾ ਜਾ ਸਕਦਾ ਵੀ ਕਿਸਾਨ ਹੱਟ ਵੀ ਇਹ ਆਪਦੇ ਖੇਤ ਹੀ ਪਾਲੀ ਅਸੀਂ ਆਪਦੇ ਕੁੜੀ ਬਈ ਸੁਪਨਾ ਕੀ ਹੈ ਕਿਉਂਕਿ ਸਭ ਤੋਂ ਵੱਡਾ ਸੁਪਨਾ ਹੁੰਦਾ ਹਰ ਕਿਸਾਨ ਜਦੋਂ ਕੋਈ ਕੰਮ ਕਰਨਾ ਸ਼ੁਰੂ ਕਰਦਾ ਨਾ ਤਾਂ ਉਹ ਉਹ ਸੋਚਦਾ ਵੀ ਯਾਰ ਜੇ ਮੈਂ ਕੰਮ ਕਰਦਾ ਨਾ ਮੇਰੇ ਨਾਲ ਚਾਰ ਭਰਾ ਹੋਰ ਕਰਨ ਲੱਗ ਜਾਣ ਤਾਂ ਨਹੀਂ ਦੂਜਾ ਸੁਪਨਾ ਇਹ ਹੁੰਦਾ ਵੀ ਯਾਰ ਮੇਰੇ ਨਾਲ ਨਾ ਕੋਈ ਲੱਗੇ ਜੇ ਮੇਰੇ ਬਰਾਬਰ ਦਾ ਟੱਕਰ ਦਾ ਨਾ ਬਣ ਜੇ ਕੋਈ ਨਹੀਂ ਮੇਰਾ ਤਾਂ ਨਹੀਂ ਸਾਡਾ ਤਾਂ ਵਿਚਾਰੇ ਆ ਜੀ ਹੁਣ ਸਾਡੇ ਕੋਲੇ ਕੋਈ ਲਸਣ ਦਾ ਵੀ ਲੈਣਾ ਹੈ ਕੋਈ ਹਲਦੀ ਦਾ ਵੀ ਲੈਣਾ ਹੈ ਸਾਡੇ ਕੋਲ ਜੇ ਕਿਲੋ ਵੀ ਲੈਣਾ ਕੋਈ ਨੂੰ ਸਾਨੂੰ ਕਹਦੇ ਵੀ ਫੋਨ ਤੇ ਯਾਰ ਇਹਨੂੰ ਮਾੜੀ ਸਮੱਸਿਆ ਆ ਗਈ ਸੀ ਉਹਦੇ ਪਿੰਡ ਜਾ ਲਸਣ ਵੇਖਣ ਜਾਵੜਦੇ ਵੀ ਯਾਰ ਸਮੱਸਿਆ ਆਈ ਤੇ ਆਈ ਕਿਉਂ ਵੀ ਸਾਨੂੰ ਤਾਂ ਆਇਆ ਜੀ ਸਾਡੇ ਨਾਲ ਕੋਈ 10 15 ਵੀ ਜਿੰਨੇ ਵੀ ਸਾਡੇ ਯਾਰ ਵੀ ਜਿਨ੍ਹਾਂ ਨੂੰ ਇੱਛਾ ਆ ਵੀ ਆ ਮੈਂ ਕਰਨਾ ਕੁਝ ਵੀ ਸਾਡੇ ਨਾਲ ਜੁੜਨਾ ਅਸੀਂ ਉਹਨਾਂ ਦੇ ਵੀ ਪੈੜ ਨਾਲ ਪੈੜ ਤੁਰਾਂਗੇ ਉਹਨਾਂ ਦੇ ਨਾਲ ਤੁਰਾਂਗੇ ਜੋ ਕੁਝ ਜਿਹੜੇ ਘਾਟੇ ਅਸੀਂ ਖਾਦੇ ਆ ਉਹ ਘਾਟਿਆਂ ਦਾ ਉਹਨਾਂ ਨੂੰ ਬਚਾਵਾਂਗੇ ਵੀਰ ਆਹ ਗਲਤੀਆਂ ਹੀ ਕੀਤੀਆਂ ਵਈਆਂ ਤੁਸੀਂ ਆਹ ਗਲਤੀਆਂ ਨਾ ਕਰਿਓ ਵੀ ਜਿਹੜੀਆਂ ਗਲਤੀਆਂ ਹੁਣ ਅਸੀਂ ਹੁਣ ਅਸੀਂ ਉਹ ਹੰਡਾਈਆਂ ਵਈਆਂ ਆਪਦੇ ਤੇ ਯਾਰ ਬਈ ਨੂੰ ਐ ਨਹੀਂ ਕਰਨਾ ਐ ਨਹੀਂ ਕਰਨਾ ਉਹਨੂੰ ਅਸੀਂ ਵੀ ਉਹ ਜਿਹੜਾ ਅਸੀਂ ਸਾਡਾ ਤਜਰਬਾ ਜਿਹੜੇ 5-4 ਸਾਲ ਦਿੰਦਾ ਵੀ ਮੇਰਾ ਤਜਰਬਾ ਜੀ ਉਹਨੂੰ ਮੈਂ ਉਹਨੂੰ ਮੈਂ ਇੱਕ ਦਿਨ ਜੀ ਵੜ ਦੂੰਗਾ ਜੀ ਵੀ ਤੂੰ ਇਹਨੂੰ ਐ ਨਹੀਂ ਕਰਨਾ ਐ ਨਹੀਂ ਕਰਨਾ ਐ ਨਹੀਂ ਕਹਿੰਦਾ ਵੀ ਮੈਨੂੰ ਤਾਂ ਆ ਵੀ ਮੇਰੇ ਨਾਲ ਕੋਈ 10-12 ਕਿਸਾਨ ਜਾਂ ਜਿੰਨੇ ਵੀ ਯਾਰ ਚਾਹੁੰਦੇ ਆ ਵੀ ਮੇਰੇ ਨਾਲ ਜੁੜਨ ਆਪਾਂ ਆਪਦੀ ਮਾਰਕੀਟਿੰਗ ਆਪਦਾ ਹੱਬ ਬਣਾਈਏ ਇੱਥੇ ਜੀ ਇੱਕ ਇੱਕ ਮੈਂ ਤੁਸੀ ਦੱਸ ਰੇ ਸੀ ਵੀ ਤੁਸੀ ਇੱਕ ਵਾਰ ਦਿੱਲੀ ਗਏ ਕਹਿੰਦੇ ਹਲਦੀ ਵਾਲੇ ਬਿਸਕਟ ਲੈ ਗਏ ਤਾਂ ਕਹਿੰਦੇ ਵੀ ਲੋਕਾਂ ਨੇ ਬਿਸਕਟ ਵੀ ਉਹ ਕਹਿੰਦੇ ਨਾ ਤੁਹਾਡੇ ਖਾਣ ਜੋ ਕਿ ਵੀ ਨਹੀਂ ਬਚਾਈ ਉਹ ਹਲਦੀਆਂ ਨੇ ਨਾ ਇਹ ਤਾਂ ਵੀ ਆਪਾਂ ਨਾ ਹਲਦੀ ਸਭ ਤੋਂ ਵੱਡਾ ਐਂਟੀਬਾਇਓਟਿਕ ਹੈ ਇਹਨੂੰ ਆਪਾਂ ਕੱਲੀ ਪਾਊਡਰ ਯੂਜ਼ ਕਰਦੇ ਆ ਦਾ ਉਹ ਵੀ ਆਪਾਂ ਸਬਜੀ ਦਾਲ ਸਬਜੀ ਚ ਹੋਰ ਕਿਸੇ ਵੀ ਤਰੀਕੇ ਨਾਲ ਆਪਾਂ ਹਲਦੀ ਖਾਂਦੀ ਨਹੀਂ ਵੀ ਇੱਕ ਨਾਲੇ ਨੈਚੁਰਲ ਮੈਡੀਸਨ ਹੈ ਵੀ ਕੁਦਰਤੀ ਦਵਾਈ ਆ ਗਈ ਤੇ ਅਸੀਂ ਸੋਚਿਆ ਵੀ ਇਹਦਾ ਇਹ ਬਿਸਕਟ ਵੀ ਬਣਵਾਈ ਗਈ ਇਹਦੀਆਂ ਦਸੀਆਂ ਹੁੰਦੀਆਂ ਪੰਨੀਆਂ ਇਹਦਾ achar ਹੀ ਤੇ ਅਸੀਂ ਜਾਵੜੇ ਦਿੱਲੀ ਜਾਵੜੇ ਜੀ ਸਾਨੂੰ ਵੀ ਇੱਥੇ ਦਾ ਵੀ ਉਹ ਦਿੱਲੀ ਆਈ ਸੀ ਆਰ ਪੂਸਾ ਦਾ ਮੇਲਾ ਸੀਗਾ ਜੀ ਤੇ ਜਿੱਥੇ ਥੋੜਾ ਥੋੜਾ ਸਮਾਂ ਲੈ ਗਏ ਕਿਉਂਕਿ ਉਪਰਾ ਜਾ ਹੁਣ ਵੀ ਆ ਵੱਡੇ ਸ਼ਹਿਰ ਚ ਆ ਗਏ ਵਿਕਣਾ ਕਿ ਨਹੀਂ ਹਾਂਜੀ 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 ਉੱਥੇ ਜਦੋਂ ਹੀ ਆ ਗਏ ਨਾ ਵੀ ਤੇ ਜਦੋਂ ਲੋਕਾਂ ਨੂੰ ਥੋੜਾ ਜਿਹਾ ਵੀ ਲੋਕਾਂ ਨੇ ਦੇਖਿਆ ਵੀ ਨਾ ਵੀ ਆਪਣੀ ਸਟਾਲ ਵੀ ਪੰਜਾਬ ਦੀ ਆ ਜਾਂ ਅਲੱਗ ਤੋਂ ਥੋੜਾ ਜਿਹਾ ਬੈਣਾ ਲੋਕਾਂ ਨੇ ਸਾਡੇ ਆਪ ਦੇ ਖਾਣੇ ਸਾਹੀ ਦਾ 5ਵੇਂ ਨੂੰ ਵਿਲੇ ਹੋ ਗਏ ਜੀ ਵੀ ਸਾਡੇ ਕੋਲੇ ਕੋਈ ਹਲਦੀ ਨਹੀਂ ਕੋਈ ਬੈਸਕਟ ਨਹੀਂ ਕੋਈ ਪਿੰਨੀਆਂ ਨਹੀਂ ਕੋਈ ਚਾਰਨੀ ਅਸੀਂ ਛਾਣੂ 4-5ਵੇਂ ਨੂੰ ਵਿਲੇ ਹੋ ਗਏ ਲੋਕ ਖੋਖੋ ਕੇ ਲੱਗੇ ਵੀ ਸਾਡੇ ਆਪ ਦੇ ਖਾਣੋਂ ਬੈਸਕਟ ਨਹੀਂ ਬਜੇ ਵੀ ਆਈ ਆਖਿਆ ਵੀ ਚਲੋ ਆਪਦੀ ਅੱਥ ਨੇ ਮਾਣੀ ਮੋਢੀ ਭੁੱਖ ਲੱਗਦੀ ਆਪਦੇ ਖਾਣੋਂ ਨਹੀਂ ਬਜੇਦੀ ਵੀ ਜਮਾ ਫ੍ਰੀ ਹੋ ਗਏ ਵੀ ਹੁਣ ਨਾ ਸਾਨੂੰ ਦਿੱਲੀ ਤੋਂ ਅੱਜ ਵੀ ਜਿਹੜੇ ਸਾਡੇ ਨਾਲ ਜੁੜੇ ਆ ਉਥੇ ਕਸਟਮਰ ਜੀ ਜਿਨ੍ਹਾਂ ਨੂੰ ਸਾਡਾ ਵੀ ਅੱਜ ਤੋਂ 2 ਸਾਲ ਪਹਿਲਾਂ ਮੇਲੇ ਤੇ ਸਾਡੇ ਕੋਲੋਂ ਹਲਦੀ ਜਾਂ ਕੋਈ ਵੀ ਸਮਾਨ ਲੈ ਕੇ ਗਏ ਆ ਜੀ ਉਹ ਸਾਨੂੰ ਅੱਜ ਵੀ ਉਥੋਂ ਐਡਰੈਸ ਭੇਜ ਦਿੰਦੇ ਆ ਵੀ ਸਾਨੂੰ ਬਾਈ ਜੀ ਕੂਰੀਅਰ ਕਰ ਦਿਓ ਹਲਦੀ ਵੀ ਅਸੀਂ ਅੱਜ ਵੀ ਉੱਥੇ ਜਿੱਥੇ ਆਈ ਏ ਸੀ ਆਰ ਪੂਸਾ ਮੇਲਾ ਲਾਇਆ ਦਿੱਲੀ ਦੇ ਜਿਹੜੇ ਸਾਡੇ ਕੋਲੇ ਕਸਟਮਰ ਆ ਉਹ ਸਾਡੇ ਨਾਲ ਅੱਜ ਵੀ ਜੁੜਿਆ ਸੀ ਅੱਜ ਵੀ ਉਹਨਾਂ ਨੂੰ ਬਾਈ ਕੂਰੀਅਰ ਸਮਾਨ ਭੇਜਦੇ ਆ ਕਿਉਂਕਿ ਜੇ ਸਾਡੀ ਕੁਆਲਿਟੀ ਨੰਬਰ 1 ਅਸੀਂ ਦਾ ਤਾਂ ਹੀ ਉਹ ਇੰਨੀ ਦੂਰੋਂ ਬੈਠੇ ਆਊਟ ਆਫ ਕੰਟਰੀ ਵੀ ਆਉਂਦੇ ਆਰਡਰ ਇਹ ਸਰ ਆਊਟ ਆਫ ਕੰਟਰੀ ਨੇ ਜਿਵੇਂ ਸਾਡੇ ਤੋਂ ਵੀ ਆਪਣੇ ਕੋਲੇ ਕੋਈ ਲਾਇਸੈਂਸ ਨਹੀਂ ਵੀ ਜਿਹੜਾ ਹੁਣ ਵੀ ਸਿੱਧਾ ਕਸਟਮਰ ਮੰਗਾਉਂਦਾ ਜੇ ਉਹਨੂੰ ਸੰਤੋਸ਼ਤੀ ਆ ਪਹਿਲਾਂ ਜਿਵੇਂ ਹੁਣ ਇੱਥੇ ਲੋਕ ਹੁਣ ਇੰਡੀਆ ਆਉਣਗੇ ਪਹਿਲਾਂ ਤਾਂ ਸਾਡੇ ਕੋਲ ਜਦੋਂ ਹੁਣ ਲੋਕ ਸਿਆਲਜੇ ਚ ਇੱਥੇ ਆਉਣਗੇ ਜੀ ਬਾਹਰ ਆਉਣਗੇ ਜਦੋਂ ਇਹਨਾਂ ਨੇ ਵਾਪਸ ਜਾਣਾ ਹੁੰਦਾ ਉਦੋਂ ਹਲਦੀ ਤਾਂ ਸਾਡੇ ਕੋਲੇ ਪੂਰਾ ਗਰਾਟ ਹੁੰਦਾ ਵੀ ਬਾਹਰ ਹਲਦੀ ਲੈ ਕੇ ਜਾਣੀ ਲੈ ਕੇ ਜਾਣੀ ਕਿਉਂਕਿ ਇੱਥੇ ਭੇਜਣੇ ਥੋੜਾ ਜਿਆਦੇ ਪੈਸੇ ਲੱਗ ਜਾਂਦੇ ਆ ਫਿਰ ਕਿਲੋ ਭੇਜਣ ਦੇ ਕਿੰਨੇ ਲੱਗੇ ਜਾਂਦੇ ਆ 800 800 ਵੀ 15 ਕਿਲੋ ਹਲਦੀ ਜਿਆਦੇ ਮੰਗਾਉਂਦੇ ਆ ਕਿੰਦੋਂ 2 ਕਿਲੋ ਮਗਾਈ ਸੀ ਕਿਹਨੇ ਬੈਂਕੂਵਰ ਅਸੀਂ ਭੇਜ ਦਿਆ ਇਧ ਤੇ 15 ਕਿਲੋ 14 ਕਿਲੋ 970 ਗ੍ਰਾਮ ਵੇਡ ਜਿਹੜਾ ਸਾਨੂੰ ਇੱਕ ਆਰਡਰ ਨੂੰ 13924 ਰੁਪਏ 22 ਸਪੀਡ ਪੋਸਟ ਵਿੱਚ ਨਹੀਂ ਮਹਿੰਗੀ ਪੈਗੀ ਫਿਰ ਤਾਂ ਨਹੀਂ ਉਹ ਕਹਿੰਦੇ ਮਹਿੰਗੀ ਨਹੀਂ ਪੈਂਦੀ ਸਾਨੂੰ ਸਸਤੀ ਪੈਂਦੀ ਹੈ ਅੱਛਾ ਅਸੀਂ ਲਸਣ ਨੂੰ ਭੇਜਿਆ ਹਾਂ ਤਾਂਸਣ ਵੀ ਭੇਜਿਆ ਲਸਣ ਭੇਜਿਆ 15-15 ਕਿਲੋ ਦੀ ਪੈਕਿੰਗ ਕਿਉਂਕਿ ਸਾਂ ਉੱਥੇ ਲਸਣ ਦੀ ਖੇਤੀ ਕਰਦੇ ਮਚਾਕੀ ਕਲਾ ਤੋਂ ਪਾਇਲਟ ਨਿਕਨੇਮ ਆ ਬਾਈ ਦਾ ਜੀ ਉਹ ਵੀ ਆਪਣੇ ਕੋਲ ਆਈ ਸੀ ਉਹਨਾਂ ਨੇ ਇੱਥੇ ਵੀ ਕੰਟਰੀਬਿਊਸ਼ਨ ਕਰਨੀ ਹੈ ਉੱਥੇ ਬਾਹਰ ਵੀ ਉਹ ਮਸ਼ੀਨਾਂ ਭੇਜੇ ਰਲਾ ਹੁੰਦੇ ਹਾਂ ਸਾਡੇ ਕੋਲ ਸੀਡ ਵੀ ਲੈ ਗਿਆ ਹਾਂ ਉਹ ਕਹਿੰਦੇ ਸਾਨੂੰ ਸਸਤੀ ਪੈਂਦੀ ਹੈ 850 ਰੁਪਏ ਕਿਲੋ ਹੁਣ ਟਰਾਂਪੋਰਟ ਦਾ ਪੈ ਗਿਆ ਉਹ ਕਹਿੰਦੇ ਸਾਨੂੰ ਇੱਥੋਂ ਵਾਲੀ ਹਲਦੀ ਨਾਲੋਂ ਕੁਆਲਿਟੀ ਵਧੀਆ ਤੇ ਸਸਤੀ ਪੈਂਦੀ ਖੁਸ਼ੀ ਕਿੰਨੀ ਕੁ ਹੁੰਦੀ ਹੈ ਜਦੋਂ 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 ਵੱਡੇ ਵੱਡੇ ਦੇਸ਼ਾਂ ਚੋਂ ਆਰਡਰ ਆਉਣ ਕਾਲਸ ਆਉਣ ਕਿਉਂਕਿ ਮੈਂ ਦੇਖਿਆ ਵੀ ਥੋੜਾ ਫੋਨ ਸਾਨੂੰ ਬੰਦ ਕਰਾਉਣਾ ਪੈ ਗਿਆ ਕਿ ਸਾਰਾ ਦਿਨ ਹੀ ਵੱਜੀ ਜਾਂਦਾ ਉਹ ਇਹ ਨਾ ਇਹ ਕਾਰਨ ਪਤਾ ਕੀ ਹੈ ਜੀ ਇਹ ਤਾਂ ਮਿਹਨਤ ਦਾ ਵੀ ਕਹਿੰਦਾ ਆਪਾਂ ਫਾਲ ਤਾਂ ਮਿਲ ਨਹੀਂ ਮਿਲਣਾ ਕਿਤਨਾ ਕਿਤੇ ਬੰਦਾ ਲੱਗਿਆ ਰਵੇ ਜੀ ਵੀ ਹੌਸਲਾ ਰੱਖੇ ਥੋੜਾ ਸਬਰ ਸੰਤੋਖ ਰੱਖੇ ਜੀ ਕਿਤੇ ਨਾ ਕਿਤੇ ਤਾਂ ਆਪਾਂ ਨੂੰ ਵੀ ਜੋ ਆਪਾਂ ਆਪਦੇ ਖੇਤੇ ਕੰਮ ਕਰ ਰਹੇ ਆ ਵੀ ਉਹਦਾ ਫਾਲ ਤਾਂ ਕਿਤੇ ਨਾ ਕਿਤੇ ਤਾਂ ਮਿਲਣਾ ਹੀ ਮਿਲਣਾ ਹੈ ਜੀ ਹੁਣ ਵੀ ਬਹੁਤ ਵਧੀਆ ਚੰਗਾ ਲੱਗਦਾ ਜੀ ਉਹ ਵੀ ਕਿਤੇ ਵੀ ਸਾਨੂੰ ਆਇਆ ਆਪਦੇ ਘਰੇ ਖਾਣ ਖਾਤਰ ਨਹੀਂ ਹਲਦੀ ਫੀਸ ਦੇ ਸੀ ਤੇ ਅੱਜ ਸਾਡੇ ਹਲਦੀ ਬਾਹਰ ਜਾਈ ਜਾਂਦੀ ਹੈ ਜੀ ਬਹੁਤ ਚੰਗਾ ਲੱਗਦਾ ਇਹਦਾ ਮਿਹਨਤ ਹੈ ਜੀ ਸਾਡੇ ਕਿਸਾਨਾਂ ਨੂੰ ਮੈਂ ਵੀ ਬੇਨਤੀ ਕਰਦਾ ਵੀ ਕੱਲੀ ਹਲਦੀ ਨਹੀਂ ਕੋਈ ਵੀ ਯਾਰ ਆਪਦਾ ਵੀ ਖੇਤੀ ਦੇ ਰਿਲੇਟਡ ਕੋਈ ਵੀ ਧੰਦਾ ਆਪਣਾ ਉਹੀ ਉਦੋਂ ਥੋੜਾ ਟਾਈਮ ਲੱਗੂਗਾ ਚੱਲਣ ਲੱਗੇ ਵੀ ਇਹ ਨਾ ਇਹ ਨਹੀਂ ਵੀ ਨਹੀਂ ਚੱਲੂਗਾ ਪਰ ਚੱਲੂਗਾ ਜ਼ਰੂਰ ਪਰ ਥੋੜਾ ਸਬਰ ਸੰਤੋਖ ਕਰਨਾ ਪੈਣਾ ਵੀ ਖੇਤੀ ਦੇ ਨਾਲ ਤਲਮਾ ਮਲਮਾ ਕੋਈ ਵੀ ਧੰਦਾ ਆਪਣਾਓ ਤੇ ਇਹ ਵੀ ਵੀ ਹੁਣ ਲੋਕ ਵੀ ਬਾਹਰੋਂ ਥੋੜਾ ਜਿਆਦਾ ਭੂਤ ਸਵਾਰਾ ਇੱਥੇ ਵੀ ਵਧੀਆ ਸਾਰਾ ਕੁਝ ਹੈਗਾ ਜੀ ਕੋਈ ਇੱਥੇ ਥੋੜੀ ਜਿਹਾ ਸਬਰ ਸੰਤੋਖਾ ਮਿਹਨਤ ਕਰਨੀ ਪੈਣੀ ਹੈ ਉੱਥੇ ਵੀ ਆਪਾਂ ਜਾ ਕੇ ਇੱਕ ਮਿਹਨਤੀ ਕਰਨੀ ਹੈ ਤੇ ਅੱਜ ਹਲਦੀ ਦੀ ਮੈਂ ਗੱਲ ਕਰਾਂ ਤਾਂ ਇੱਕ ਏਕੜ ਤੋਂ ਕਿੰਨਾ ਕੁ ਪ੍ਰੋਫਿਟ ਹੋ ਜਾਂਦਾ ਨਾਰਮਲੀ ਗੱਲ ਕਰੀਏ ਇਹ ਤਾਂ ਜਿਵੇਂ ਹੋਣ ਸਾਨੂੰ ਆਪਾਂ ਕਹਦੇ ਇਹਦਾ ਪ੍ਰੋਸੈਸ ਕਰਕੇ ਜੀ ਆਪਾਂ ਨੂੰ 2.5 ਤੋਂ 3 ਲੱਖ ਰੁਪਇਆ ਇੱਕ ਏਕੜ ਦਾ ਵਧੀਆ ਪ੍ਰੋਫਿਟ ਹੋ ਜਾਂਦਾ ਜੀ ਸਾਰੇ ਖਰਚੇ ਕੱਢ ਕੇ ਆਪਾਂ ਹੂੰ ਜੇ ਆਪਾਂ ਆਪਣੀ ਆਪ ਦੀ ਹੱਤੀ ਪਰ ਸਾਰੇ ਅਭੀ ਇਹਦੀ ਕੱਲੀ ਮਿਹਨਤ ਹੈ ਜੀ ਹੂੰ ਵੀ ਤੁਹਾਨੂੰ ਪੈਸੇ ਕਿਹਨੇ ਰੱਖਣਾ ਪੈਂਦਾ ਇਹਦਾ ਵੀ ਬਸ ਕੱਲੀ ਨਾ ਹੁਣ ਆਪਾਂ ਨੂੰ 2-3 ਸਾਲ ਹੀ ਕੰਮ ਕਰਨਾ ਹੈ ਅੱਛਾ ਉਦੋਂ ਮੁੜ ਕੇ ਤਾਂ ਜਦੋਂ ਆਪਣੇ ਥੋੜਾ ਪੈਸਾ ਤਰਾਵਾ ਹੋ ਗਿਆ ਉਦੋਂ ਮੁੜ ਕੇ ਤਾਂ ਕੱਲੀ ਮੈਨੇਜਮੈਂਟ ਹੀ ਕਰ ਲੈਣਾ ਬੰਦਾ ਜੀ ਉਹ ਇੱਕ ਵਾਰੀ ਕੰਮ ਕਰਨਾ ਆਪਾਂ ਜੀ ਉਦੋਂ ਮੁੜ ਕੇ ਕਿਉਂਕਿ ਹੁਣ ਆਇਆ ਤਾਂ ਹੈ ਨਹੀਂ ਵੀ ਮੈਂ ਹੁਣ ਵੀ ਵੀ 10 ਸਾਲ ਵੀ ਉਹੀ ਕਈ ਚੱਕੀ ਫਿਰੂੰਗਾ ਵੀ ਏਰੀਆ ਵਧਾ ਦੇ ਹੁਣ ਮੈਂ ਜੇ ਏਰੀਆ ਵਧਾ ਲੂੰਗਾ ਤਾਂ ਮੈਂ ਇਕੱਲਾ ਇਹ ਸਾਰਾ ਕੋਈ ਹੈਂਡਲ ਨਹੀਂ ਕਰ ਸਕਦਾ ਉਹ ਤੋਂ ਮੁੜ ਕੇ ਤਾਂ ਇਕੱਲਾ ਮੈਨੇਜਮੈਂਟ ਹੀ ਕਰਨਾ ਆਪਾਂ ਜੀ ਜਦੋਂ ਜਦੋਂ ਸ਼ੁਰੂਆਤ ਕੀਤੀ ਕਿੰਨੇ ਕਿੰਨੇ ਜੋ ਕੀਤੀ ਉਹਦਾ ਸ਼ੁਰੂਆਤ ਤਾਂ ਹੀ ਨਾ ਵੀ ਮਰ ਲਿਆ ਤੋਂ ਹੀ ਕੀਤੀ ਆ ਜੀ ਵੀ ਸਾਡੀ ਮਰਲਾ ਕਿਤੇ ਲਾਲਿਆ ਸ਼ਾਂਤ ਥਲੇ ਲਾਲਿਆ ਦੋ ਦੋ ਮਰਲੇ ਮਰਲਾ ਲਾਲਿਆ ਫਿਰ ਅਗਲੇ ਸਾਲ ਥੋੜੀ ਜੀ ਕਨਾਲ ਲਾ ਲਈ ਵੀ ਫਿਰ ਆਪਦਾ ਪਾਊਡਰ ਬਣਾਇਆ ਸਾਨੂੰ ਚੰਗਾ ਲੱਗਿਆ ਨਹੀਂ ਯਾਰ ਆਪਾਂ ਹਲਦੀ ਬਿਜਾਰ ਵਾਲੀ ਨਾਲੋਂ ਤਾਂ ਇਹ ਆਪਣੇ ਘਰ ਦੀ ਹਲਦੀ ਤੇ ਮੋੜੀ-ਮੁੱਟੀਆਂ ਅੜਗਵਾਂ ਬੰਡੀ ਯਾਰ ਰਿਸ਼ਤੇਦਾਰ ਲੈ ਕੇ ਉਹਨਾਂ ਨੇ ਫੇਰ ਮੰਗਿਆ ਯਾ ਕਿ ਹੁਣ ਤਾਂ ਸਾਡੇ ਕੋਲੇ ਹਲਦੀ ਹੈ ਨਹੀਂ ਤੇ ਫਿਰ ਆਈ ਹੋਲੀ ਆਈ ਹੋਲੀ-ਹੋਲੀ ਏਰੀਆ ਥੋੜਾ ਮੈਂ ਕਹਾ ਡੈਡੀ ਨਾਲ ਕਰਕੇ ਰਾਇ ਥੋੜਾ ਹੋਰ ਵਧਾਇਆ ਚਾਰਕਰ ਵਾਲਾ ਕਰਤਾ ਤੁਸੀਂ ਨੌਜਵਾਨ ਹੋ ਜਾਂਦੇ ਜਾਂਦੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਨੌਜਵਾਨਾਂ ਚ ਡਰੇ ਖੜੇ ਆ ਕਹਿੰਦੇ ਯਾਰ ਖੇਤੀ ਖੇਤੀ ਤਾਂ ਯਾਰ ਨਾ ਪੰਗਾ ਲਈਏ ਬਚਣਾ ਹੀ ਕੁਛ ਨਹੀਂ ਹਰ ਰੋਜ਼ ਹਰ ਰੋਜ਼ ਇਹ ਸਵਾਲ ਉੱਠਦੇ ਆ ਵੀ ਜਿਹੜੀ ਖੇਤੀ ਹੈ ਨਾ ਉਹ ਲਾਹੇਵੰਦ ਧੰਦਾ ਨਹੀਂ ਲਿਆ ਤਾਂ ਹੁਣ ਜਿਹੜੀ ਖੇਤੀ ਹੈ ਉਹ ਖਤਮ ਹੋ ਜੂਗੀ ਨਾ ਭਾਈ ਜੀ ਜਿਹੜਾ ਕਣਕ ਝੋਨੇ ਤੋਂ ਥੋੜਾ ਆ ਆਪਾਂ ਪਿੱਛੇ ਹਟ ਕੇ ਕੋਈ ਵੱਖਰੀ ਖੇਤੀ ਕਰੀਏ ਵੀ ਖੇਤੀ ਨੂੰ ਆਪਣਾ ਇੱਕ ਵੀ ਬਿਜ਼ਨਸ ਦੇ ਤੌਰ ਤੇ ਸਮਝੀਏ ਵੀ ਹੁਣ ਆਪਾਂ ਕੋਈ ਆਪਣਾ 8:00 ਜਾਂ ਕੋਈ ਵੀ ਉਹ 8:00 ਵਜੇ ਜਾਂਦਾ ਦੁਕਾਨ ਤੇ ਯਾਰ ਵੀ ਸਾਰਾ ਵੀ 8 ਘੰਟਿਆਂ ਤੋਂ ਲੈ ਕੇ ਉਹ ਸ਼ਾਮ ਨੂੰ 6:00 ਵਜੇ ਤੱਕ ਕੰਮ ਕਰਦਾ ਤੇ ਆਪਾਂ ਖੇਤ ਕਿੰਨੇ ਘੰਟੇ ਕੰਮ ਕਰਦੇ ਇਹਦਾ ਹੁਣ ਬਾਹਰ ਵੀ ਆ ਪੈਸੇ ਆਪਾਂ ਨੂੰ ਘੰਟਿਆਂ ਨੇ ਮਿਲਦੇ ਵੀ ਘੰਟੇ ਦੇ 8 ਡਾਲਰ ਹੁਣ ਆਪਾਂ ਖੇਤ ਦਾ ਕੰਮ ਹੁਣ ਵੀ ਕੱਲੇ ਟਰੈਕਟਰ ਵਾਲੇ ਰਹਿ ਗਏ ਆ ਜੀ ਹੁਣ ਆਪਾਂ ਖੇਤ ਆਈਏ ਆਪਦਾ ਉਹ ਆਪਾਂ ਨੂੰ ਪੈਸੇ ਘੰਟਿਆਂ ਦਾ ਹੀ ਮਿਲਣ ਲੱਗ ਜਾਣੇ ਖੇਦੋ ਆਪਾਂ ਨੂੰ ਬਸ ਸਬਰ ਕਰਨਾ ਪੈਣਾ ਥੋੜਾ ਜਿਹਾ ਹੀ ਹੂੰ ਵੀ ਆਪਾਂ ਨੂੰ ਚਣਕ ਝੋਨੇ ਦੀ ਖੇਤੀ ਛੱਡ ਕੇ ਥੋੜੀ ਜੀ ਤੁਸੀਂ ਵੱਖਰੀ ਖੇਤੀ ਥੋੜਾ ਜਿਹਾ ਜਿਹਦਾ ਇੰਟਰਸਟ ਹੈ ਜਿੱਧਰ ਜਿਹਦਾ ਇੰਟਰਸਟ ਹੈ ਕੋਈ ਖੁੰਬਾ ਦਾ ਜਿੱਧਰ ਜਿਹਦਾ ਵੀ ਇੱਛਾ ਕਰਦੀ ਹੈ ਜੀ ਉਹ ਖੇਤੀ ਥੋੜੀ ਜੀ ਵੱਖਰੀ ਖੇਤੀ ਕਰਕੇ ਬੰਦਾ 2-4 ਸਾਲਾਂ ਤੱਕ ਬੰਦੇ ਨੂੰ ਪੂਰਾ ਵਧੀਆ ਹੰਗਾਰਾ ਹੰਕਾਰਾ ਮਿਲੂਗਾ 100% ਮਿਲੂਗਾ ਜੀ ਲੋਕ ਹੁਣ ਅੱਜ ਕੱਲ ਪੈਸਾ ਨਹੀਂ ਦੇਖਦੇ ਜੀ ਅਗਲਾ ਕੁਆਲਿਟੀ ਦੇਖਦਾ ਜੇ ਬੰਦਾ ਕੁਆਲਿਟੀ ਨਾਲ ਸਮਝੌਤਾ ਨਾ ਕਰ ਕੋਈ ਕੰਮ ਕਰ ਲੇ ਉਹਨੂੰ ਕਾਮਯਾਬੀ ਜਰੂਰ ਮਿਲੂਗੀ ਪੰਜਾਬ ਤੇ ਜਰੂਰ ਕਾਮਯਾਬੀ ਮਿਲੂਗੀ ਉਹਨੂੰ ਬਿਲਕੁਲ ਬਹੁਤ ਬਹੁਤ ਧੰਨਵਾਦ ਹਾਂਜੀ ਤਾਂ ਇਹ ਪਿਓ ਪੁੱਤ ਦੀ ਜੋੜੀ ਹੈ ਨਾ ਜਿਹੜੀ ਕਹਿੰਦੇ ਵੱਖਰੀ ਜੋੜੀ ਹੈ ਵੱਖਰੀ ਜੋੜੀ ਤਾਂ ਕਿਹਾ ਵੀ ਇਹਨਾਂ ਨੇ ਸ਼ੁਰੂਆਤ ਕੀਤੀ ਕਹਿੰਦੇ ਵੀ ਘਰੇ ਲਾ ਲਈ ਰਿਸ਼ਤੇਦਾਰਾਂ ਨੂੰ ਦਿੱਤੀ ਤਾਂ ਹਲਦੀ ਤਾਂ ਕਿਤੇ ਨਾ ਕਿਤੇ ਰਿਸ਼ਤੇਦਾਰਾਂ ਨੇ ਮੰਗਣੀ ਡਿਮਾਂਡ ਸ਼ੁਰੂ ਕਰ ਦਿੱਤੀ ਤਾਂ ਫਿਰ ਉਸ ਤੋਂ ਬਾਅਦ ਅੱਜ ਇੱਕ ਵੱਡਾ ਬਿਜ਼ਨਸ ਖੜਾ ਕਰਨ ਦੇ ਵਿੱਚ ਜਿਹੜੀ ਕੋਸ਼ਿਸ਼ ਉਹ ਕੀਤੀ ਜਾ ਰਹੀ ਹੈ ਕਹਿੰਦੇ ਆਪਦੀ ਪਹਿਲੀ ਥੋੜੀ ਸੀ ਤਾਂ ਨੇੜੇ ਠੇਕੇ ਤੇ ਲੈ ਲਈ ਤਾਂ ਹੁਣ ਇਹ ਹਲਦੀ ਦਾ ਕਹਿੰਦੇ ਪੂਰਾ ਤਕੜਾ ਬਿਜ਼ਨਸ ਜਿਹਨੂੰ ਕਹਿ ਸਕਦੇ ਆ ਉਹ ਕਰਨ ਦੀ ਕੋਸ਼ਿਸ਼ ਏਕੇ ਕਰ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਚੰਗਾ ਲੋਕਾਂ ਦੀ ਜਿਹੜੀ ਸਿਹਤ ਆ ਉਹਨੂੰ ਚੰਗਾ ਖਾਣਾ ਪਾਣਾ ਦਿੱਤਾ ਜਾਵੇ ਤਾਂ ਚੰਗੀ ਸਿਹਤ ਰਹੂਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਆ ਉਹ ਇਹਨਾਂ ਨੂੰ ਲੱਭ ਕੇ ਵੀ ਸਮਾਨ ਖਰੀਦ ਲੈਣਗੇ ਕਿਉਂਕਿ ਜਿਹੜਾ ਇਹ ਖੇਤ ਆ ਨਾ ਜਿਹੜੇ ਵਿੱਚ ਆਪਾਂ ਖੜੇ ਆ ਇਹਨੂੰ ਕੋਈ ਰਾਹ ਹੀ ਨਹੀਂ ਲੱਗਦਾ ਮੈਂ ਦੇਖਿਆ ਦੂਰੋਂ ਜੇ ਰਾਹ ਵੀ ਆ ਤਾਂ ਦੂਰੋਂ ਕੱਚੀਆਂ ਪਈਆਂ ਦੇ ਵਿੱਚ ਦੀ ਆਉਣਾ ਪੈਂਦਾ ਪਰ ਕਸਟਮਰ ਇਹਨਾਂ ਦੇ ਖੇਤ ਤੱਕ ਜ਼ਰੂਰ ਪਹੁੰਚ ਕਰ ਰਿਹਾ ਤਾਂ ਵੱਖਰਾ ਉਪਰਾਲਾ ਨੌਜਵਾਨ ਵੱਲੋਂ ਤੇ ਇਹਨਾਂ ਬਜ਼ੁਰਗਾਂ ਵੱਲੋਂ ਕੀਤਾ ਤਾਂ ਇੱਕ ਮੈਂ ਫਰੀਦਕੋਟ ਤੋਂ ਹੈਰੀ ਦੇ ਨਾਲ ਜੱਸੀ ਬਰਾੜ ਦੇਖਦੇ ਹੋ ਪ੍ਰਾਈਮ ਇਨੀਸ਼ੀਏਟਿਵ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਸੱਚੀ ਕਾ